ਸਰਜੀਤ ਢਾਲੀਵਾਲ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਇੱਕ ਵਾਰ ਫਿਰ ਆਪੀ ਦਾ ਵੈਲਕਮ ਸਰਜੀਤ ਢਾਲੀਵਾਲ ਜੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਸਿਖਰਾਂ ਤੇ ਹੈ ਹਰ ਸਿਆਸੀ ਪਾਰਟੀ ਦਾ ਜਵਾਲਾ ਦਰਜੇ ਦੇ ਲੀਡਰ ਨੇ ਉਹ ਫੇਰੀ ਤੇ ਫੇਰੀ ਪਾਰੇ ਨੇ ਪੰਜਾਬ ਚ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਣ ਤੇ ਚਾਹੇ ਪ੍ਰਿਆੰਕਾ ਗਾਂਧੀ ਹੋਵੇ ਚਾਹੇ ਦੂਜੀਆਂ ਪਾਰਟੀਆਂ ਦੇ ਲੀਡਰ ਹੋਣ ਅਰਵਿੰਦ ਕੇਜਰੀਵਾਲ ਹੋਵੇ ਜਾਂ ਫਿਰ ਸੁਖਵੀਰ ਬਾਦਲਉਨੀ ਜਗਾ ਜਗਾ ਪ੍ਰਚਾਰ ਕਰ ਰਹੇ ਨੇ ਤੇ ਇਸ ਦੇ ਨਾਲ ਇੱਕ ਹੋਰ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਜਿਹੜੀ ਭਾਸ਼ਾ ਵਰਤੀ ਜਾ ਰਹੀ ਹੈ ਨਾ ਬੜੀ ਹੀ ਕਹਿੰਦੇ ਨੇ ਪੜਕਾਉ ਤੇ ਇਤਰਾਜ ਉਪ ਭਾਸ਼ਾ ਵਰਤਰੇ ਨੇ ਕਈ ਵਾਰੀ ਤਾਂ ਇਹ ਜਿਹੜੇ ਮੋਰੀ ਨੇ ਜੋ ਲੋਕਾਂ ਦੇ ਚੁਣੇ ਹੋਏ ਲੋਕ ਨੇ ਅਜਿਹੇ ਸ਼ਬਦ ਵਰਤਦੇ ਨੇ ਅਸੀਂ ਏਅਰ ਤੇ ਵੀ ਉਹਨਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਹੈਗੇ ਉਹ ਦੱਸ ਨਹੀਂ ਸਕਦੇ ਨਾਂ ਲੈ ਕੇ ਸੋ ਇਸ ਗੱਲ ਨੂੰ ਲੈ ਕੇ ਆ ਜਿਹੜਾ ਹੁਣ ਮੁੱਖ ਮੰਤਰੀ ਨੇ ਬਿਹਾਰ ਤੇ ਯੂਪੀ ਦੇ ਲੋਕਾਂ ਬਾਰੇ ਕੋਈ ਇਤਰਾਜਕ ਸ਼ਬਦ ਵਰਤਿਆ ਹੈ ਉਸ ਨੂੰ ਲੈ ਕੇ ਬਵਾਲ ਖੜਾ ਹੋ ਗਿਆ ਮੈਨੂੰ ਤਾਂ ਲੱਗਦਾ ਉਹਨਾਂ ਨੇ ਪ੍ਰਿਆੰਕਾ ਗਾਂਧੀ ਦੇ ਰਾਜਵੀ ਕੰਡੇ 20 ਸਤੇ ਨੇ ਯੂਪੀ ਚ ਉਹਨੇ ਚੋਣ ਲੜ ਰਹੀ ਹੈ ਆਪ ਉਮੀਦਵਾਰ ਹੈ ਉਹਦੇ ਰਸਤੇ 'ਚ ਵੀ ਇਹ ਮੈਨੂੰ ਲੱਗਦਾ ਅੜੇਕਾ ਬਣੇਗੇ ਜੋ ਮੁੱਖ ਮੰਤਰੀ ਚੰਨੀ ਨੇ ਬਿਆਨ ਦਿੱਤਾ ਹੈ ਜੋ ਇੱਕ ਅਜਿਹਾ ਇਤਰਾਜਯੋਗ ਸ਼ਬਦ ਬੋਲਿਆ ਹੈ ਜੀ ਬਿਲਕੁਲ ਜਿਹੜੀ ਇਹ ਚੋਣ ਚੋਣ ਸੀਗੀ ਜਿਹੜੀ ਜਿਹੜੀ ਚੱਲ ਰਹੀ ਹੈ ਚੋਣ ਪੰਜਾਬ ਵਿੱਚ ਇਹਦੇ ਵਿੱਚ ਬੋਲ ਬਾਣੀ ਬਹੁਤ ਮਾੜੀ ਰਹੀ ਹੈ ਇਸ ਵਾਰ ਪਮਾਹੋ ਬੜੇ ਪੜ੍ਹੇ ਲਿਖੇ ਜਿਹੜੇ ਆਪਣੇ ਆਪ ਨੂੰ ਬਹੁਤ ਸਮਝਦੇ ਨੇ ਕਿ ਅਸੀਂ ਬਹੁਤ ਪੜ੍ਹੇ ਲਿਖੇ ਲੋਕਾਂ ਅਸੀਂ ਬੜੇ ਵੱਡੇ ਵੱਡੇ ਨਾਮੀ ਸਕੂਲਾਂ 'ਚ ਪੜ੍ਹੇ ਆਂ ਉਹਨਾਂ ਦੀ ਵਿਵਾਸ਼ਾ ਵੀ ਬੜੀ ਮਾੜੀ ਰਹੀ ਹੈ ਤੇ ਨਾਲ-ਨਾਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਕੱਲ ਗੱਲ ਕੀਤੀ ਹੈ ਉਹਦੇ ਕਰਕੇ ਤਾਂ ਦੇਸ਼ ਭਾਰ ਵਿੱਚ ਬਹੁਤ ਜ਼ਿਆਦਾ ਵੱਡਾ ਇੱਕਵਾਦ ਵਿਵਾਦ ਖੜਾ ਹੋ ਗਿਆ ਹੈ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਬਿਹਾਰ ਵਿੱਚ ਦਿੱਲੀ ਵਿੱਚ ਇਹ ਵੱਡਾ ਮੁੱਦਾ ਬਣਿਆ ਹੋਇਆ ਕੱਲ ਸ਼ਾਮ ਦਾ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਕੱਲ ਬਰਿੰਦਰ ਢਿਲੋਂ ਦੇ ਹੱਕ ਵਿੱਚ ਰੋਪੜ ਵਿੱਚ ਇੱਕ ਰੈਲੀ ਕਰ ਰਹੇ ਸੀਗੇ ਤੇ ਉਥੇ ਪ੍ਰਿੰਕਾ ਗਾਂਧੀ ਵੀ ਆਏ ਹੋਏ ਸੀਗੇ ਤੇ ਜਦੋਂ ਸਟੇਜ ਤੇ ਬੋਲਦੇ-ਬੋਲਦੇ ਉਹ ਕਾਫੀ ਤਿੱਖਾ ਭਾਸ਼ਣ ਕਰਨਾ ਸ਼ੁਰੂ ਕਰਤਾ ਨਾਲ ਉਹ اپیل ਕੀਤੀ ਉਹਨਾਂ ਨੇ ਕਿ ਪੰਜਾਬੀਓ ਇਕੱਠੇ ਹੋ ਜਾਓ ਸਾਰੇ ਪੰਜਾਬ ਦੇ ਲੋਕ ਇਕੱਠੇ ਹੋ ਜਾਓ ਹੁਣੇ ਚਾਹੀਦੇ ਨੇ ਨਾਲ ਸ਼ਬਦ ਮੈਨੂੰ ਪਤਾ ਨਹੀਂ ਕਿ ਮੈਂ ਹੁਣ ਵਰਤ ਸਕਦਾ ਕਿ ਨਹੀਂ ਵਰਤ ਸਕਦਾ ਜਿਹੜਾ ਉਹਨਾਂ ਨੇ ਸ਼ਬਦ ਦਾ ਪ੍ਰਯੋਗ ਕੀਤਾ ਹੂੰ ਹੂੰ ਕਿ ਅਸੀਂ ਭਈਆਂ ਨੂੰ ਰਾਜ ਨਹੀਂ ਕਰਨ ਦੇਣਾ ਬਿਹਾਰੀ ਯੂਪੀ ਦਿੱਲੀ ਵਾਲੇ ਪੰਜਾਬ ਨੂੰ ਰਾਜ ਨਹੀਂ ਕਰਨ ਦੇਣਾ ਤਾਂ ਉਹ ਇੱਕ ਐਸਾ ਦੀ ਸ਼ਬਦਾਵਲੀ ਵਰਤੀ ਮੇਰਾ ਖਿਆਲ ਹੈ ਕਿ ਐਸਾ ਦੀ ਸ਼ਬਦਾਵਲੀ ਵਰਤਣੀ ਖਾਸ ਕਰਕੇ ਮੁੱਖ ਮੰਤਰੀ ਵੱਲੋਂ ਇਹ ਸ਼ੋਭਾ ਨਹੀਂ ਦਿੰਦੀ ਕਿਉਂਕਿ ਆਮ ਤੌਰ ਤੇ ਜੇ ਕੋਈ ਬੰਦਾ ਆਪਣਾ ਕੋਈ ਸਟਰੀਟ ਵਿੱਚ ਜਾ ਰਿਹਾ ਗਲੀ ਵਿੱਚ ਜਾ ਰਿਹਾ ਬੰਦਾ ਕੋਈ ਹੈ ਜੀ ਸ਼ਬਦਾਵਲੀ ਵਰਤ ਲਏ ਚਲੋ ਲੋਕ ਸਮਝਿਆ ਕਹਿ ਲੈਂਦੇ ਨੇ ਵੀ ਨਾ ਸਮਝ ਆ ਇਸ ਤਰ੍ਹਾਂ ਦੀ ਗੱਲ ਐਸਾ ਦੀ ਗੱਲ ਕਰ ਰਿਹਾ ਹੈ ਪਰ ਮੁੱਖ ਮੰਤਰੀ ਜਦੋਂ ਦੀ ਗੱਲ ਕਰੇ ਮੇਰਾ ਖਿਆਲ ਹੈ ਉਹ ਵੀ ਸਟੇਜ ਤੋਂ ਪਬਲੀਕਲੀ ਜਦੋਂ ਲੋਕ ਇਕੱਠੇ ਹੋਏ ਹੋਣ ਤਾਵੇਂ ਖਲੇ ਸ਼ੋਭਾ ਨਹੀਂ ਦਿੰਦਾ ਤੇ ਕਾਲੇ ਦਾ ਜਿਹੜੀ ਰਾਸ਼ਟਰੀ ਜਨਤਾ 당 ਹੈਗੀ ਬਿਹਾਰ ਦੀ ਪਾਰਟੀ ਉਹਨਾਂ ਨੇ ਵੀ ਬੜਾ ਇਤਰਾਜ਼ ਦਿੱਤਾ ਹੈ ਜੁਪੀ ਦੇ ਤਕਰੀਬਨ ਤਕਰੀਬਨ ਸਾਰੇ ਜਿਹੜੇ ਲੀਡਰ ਹੈਗੇ ਉਹਨਾਂ ਨੇ ਵੀ ਇਸ ਗੱਲ ਤੇ ਬਹੁਤ ਜ਼ਿਆਦਾ ਇਹਦੀ ਨਿਖੇਧੀ ਕੀਤੀ ਹੈ ਤੇ ਨਾਲ ਕਿਹਾ ਕਿ ਇਸ ਤਰ੍ਹਾਂ ਦੀ ਸ਼ਹਾਵਲੀ ਵਰਤਣਾ ਮੁੱਖ ਮੰਤਰੀ ਵੱਲੋਂ ਉਹ ਬਹੁਤ ਹੀ ਮੰਦ ਭਾਗ ਹੈ ਤੇ ਇੱਕ ਖਾਸ ਕਿਸਾਨ ਦੇ ਲੋਕਾਂ ਨੂੰ ਇਸ ਨਾਂ ਨਾਲ ਪੁਕਾਰਨਾ ਇਹ ਉਹਨਾਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈਗੀ ਰਿਸਿਸਟ ਰਿਮਾਰਕ ਹੈ ਹਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਗੱਲਾਂ ਹੀ ਹੋਈਆਂ ਨੇ ਅਸਲ ਵਿੱਚ ਉਹ ਜਦੋਂ ਸਟੇਜ ਤੇ ਕਹਿ ਰਹੇ ਸੀ ਤੇ ਬੜੇ ਜੋਸ਼ ਨਾਲ ਕਹਿ ਰਹੇ ਸੀ ਤੇ ਉਹਨਾਂ ਨੇ ਕਿਹਾ ਕਹਿਣਾ ਤਾਂ ਉਹ ਮੇਰਾ ਖਿਆਲ ਹੈ ਟਾਰਗੇਟ ਤਾਂ ਉਹ ਕਰ ਰਹੇ ਸੀ ਕੇਜਰੀਵਾਲ ਨੂੰ ਪਰ ਜਦ ਹੀ ਸ਼ਬਦਾਵਲੀ ਉਹਨੇ ਵਰਤੀ ਜੋਸ਼ ਆ ਕੇ ਉਹ ਮੇਰਾ ਖਿਆਲ ਹੈ ਕਿ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਕਿਹਾ ਉਹ ਇੱਕ ਫਿਰ ਬਾਅਦ ਵਿੱਚ ਜਦੋਂ ਜਵਾਨ ਤੋਂ ਇੱਕ ਵਾਰੀ ਕਹਿੰਦਾ ਵੀ ਤਾਂ ਜਿਵੇਂ ਤੀਰ ਕਮਾਨ ਚ ਜੇ ਤੀਰ ਛੁੱਟ ਗਿਆ ਤੀਰ ਕਮਾਨ ਚੋਂ ਵਾਪਸ ਨਹੀਂ ਆਉਂਦਾ ਇਸ ਤਰ੍ਹਾਂ ਜਿਹੜੀ ਜ਼बान ਤੋਂ ਕਹੀ ਹੋਈ ਗੱਲ ਜਿਹੜੀ ਜੀਭ ਤੋਂ ਬਾਹਰ ਨਿਕਲ ਜੇ ਉਹ ਮੁੜ ਕੇ ਫਿਰ ਵਾਪਸ ਨਹੀਂ ਆਉਂਦੀ ਉਹ ਹੁਣ ਵਾਪਸ ਨਹੀਂ ਆ ਰਹੀ ਤੇ ਇਸ ਵੇਲੇ ਉਹ ਦੇਸ਼ ਭਾਰ ਵਿੱਚ ਇੱਕ ਮੁੱਦਾ ਬਣਿਆ ਹੋਇਆ ਹੈ ਨਾਲ ਪ੍ਰਿੰਟਾ ਕਾ ਗਾਂਧੀ ਵੀ ਖੜੇ ਸੀਗੇ ਜਦੋਂ ਉਹਨਾਂ ਇਹ ਗੱਲ ਕਹਿ ਰਹੇ ਸੀਗੇ ਤਾਂ ਪ੍ਰਿੰਟਾ ਕਾ ਗਾਂਧੀ ਵੀ ਨੇ ਵੀ ਥਾੜੀ ਮਾਰਤੀ ਉਹ ਵੀਡੀਓ ਜਿਹੜੀ ਹੈਗੀ तकरीबन तकरीबन ਸਾਰੇ ਵਾਇਰਲ ਹੋ ਗਈ ਹੈ ਉੱਤਰ ਪ੍ਰਦੇਸ਼ ਵਿੱਚ ਉਹਨੂੰ ਬਹੁਤ ਖੂਬ ਪ੍ਰਚਾਰਿਆ ਜਾ ਰਿਹਾ ਹੈ ਕਿ ਦੇਖੋ ਇਹ ਐਸੇ ਇੱਥੇ ਇੰਚਾਰਜ ਬੜੇ ਹੋਏ ਨੇ ਪ੍ਰਿੰਕਾ ਗਾਂਧੀ ਉੱਤਰ ਪ੍ਰਦੇਸ਼ ਦੇ ਕਾਂਗਰਸ ਦੀ ਜਿਹੜੀ ਟੋਟਲ ਕੈਂਪੇਨ ਆ ਉਹਦੇ ਇੰਚਾਰਜ ਨੇ ਸਾਰੀ ਕਮਾਂਡ ਉਹਨਾਂ ਕੋਲੇ ਆ ਉੱਥੇ ਯੂਪੀ ਵਿੱਚ ਤੇ ਪਰ ਜਦੋਂ ਪੰਜਾਬ ਜਾਂਦੇ ਨੇ ਤਾਂ ਉਹ ਜਾ ਕੇ ਇਸ ਤੋਂ ਦੀਆਂ ਗੱਲਾਂ ਕਰਕੇ ਤਾੜੀ ਮਾਰਦੇ ਨੇ ਜਦੋਂ ਮੁੱਖ ਮੰਤਰੀ ਇਸ ਤੋਂ ਦੀ ਬਾਸ਼ਾ ਵਰਦਾ ਹੈ ਯੂਪੀ ਵਾਲਿਆਂ ਬਾਰੇ ਬਿਹਾਰੀਆਂ ਬਾਹਰੇ ਬਿਹਾਰ ਦੇ ਲੋਕਾਂ ਬਾਰੇ ਜਾਂ ਦਿੱਲੀ ਵਾਲੇ ਦਿੱਲੀ ਵਾਸਤੇ ਤਾਂ ਫਿਰ ਜਿਹੜੀ ਪ੍ਰਿੰਕਾ ਕਾਂਦੀ ਖੁਸ਼ ਹੁੰਦੀ ਆ ਤੇ ਨਾਲ ਤਾੜੀਆਂ ਮਾਰਦੀ ਆ ਇਹ ਜਿਹੜੀ ਵੀਡੀਓ ਉਹਨੇ ਕਲਿੱਪ ਜਿਹੜੀ ਹੈਗੀ ਵਾਰ-ਵਾਰ ਸਰਕੂਲੇਟ ਵਿੜੇ ਤੇ ਚੱਲ ਰਹੀ ਆ ਦੇਖੋ ਦੂਜੀਆਂ ਪਾਰਟੀਆਂ ਨੂੰ ਤਾਂ ਮੌਕਾ ਮਿਲ ਗਿਆ ਪੂਰੀ ਦਾ ਪੂਰੇ ਦਾ ਪੂਰਾ ਟਾਰਗੇਟ ਕਰਦਾ ਇਹਨਾਂ ਨੂੰ ਨਾਲ ਉਥੇ ਜੂਬ ਵਿੱਚ ਲਖਾ ਚੱਲ ਰਹੀਆਂ ਆ ਇਸ ਵੇਲੇ ਤੀਜੇ ਦੌਰ ਦੀ ਇਲੈਕਸ਼ਨ ਨੇ ਚੋਣਾ ਕੱਲ ਮੇਰਾ ਖ ਲੈ ਕੇ ਵੋਟਾਂ ਪੈਣੀਆਂ ਨੇ ਉਥੇ 20 ਤਰੀਕ ਨੂੰ ਪੈਣੀਆਂ ਆਪਣੇ ਪੰਜਾਬ ਦੇ ਨਾਲ ਹੀ ਹੂੰ ਹੂੰ ਉਥੇ ਪੋਲਿੰਗ ਹੋਣੀ ਆ ਤੀਜੇ ਦੌਰ ਦੀ ਤਾਂ ਉਥੇ ਬਹੁਤ ਵੱਡਾ ਇਹ ਮੁੱਦਾ ਬਣ ਗਿਆ ਤੇ ਉਹਦੇ 'ਚ ਪ੍ਰਿੰਕਾ ਕਾਂਦੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਗੱ ਕਿਉਂਕਿ ਕਿਉਂ ਉਹ ਤਾੜੀ ਮਾਰਦੇ ਦਿਖਾਈ ਜਾ ਰਹੇ ਨਾਲ ਜਦੋਂ ਇਹ ਸ਼ਬਦ ਵਰਤ ਰਹੇ ਨੇ ਨਾਲ ਤਾਂ ਉਹਨਾਂ ਨੇ ਤਾੜੀ ਮਾਰੀ ਆ ਖੁਸ਼ ਵੀ ਹੋਏ ਨੇ ਉਹ ਹਮ ਅਸਲ ਵਿੱਚੋ ਮੇਰਾ ਖਲਕੇ ਪ੍ਰਿੰਕਾ ਗਾਂਧੀ ਉਸ ਤੋਂ ਪਹਿਲਾਂ ਉਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਤਾਂ ਪੰਜਾਬ ਦੀ ਨੂੰਹ ਆ ਪੰਜਾਬੀਆਂ ਦੀ ਨੂੰਹ ਆ ਉਹ ਕਹਿ ਰਹੀ ਸੀ ਕਿ ਜਿਹੜਾ ਉਹਨਾਂ ਦੇ ਜਿਹੜਾ ਉਹਦਾ ਸਵੈਂਡਾ ਹੈ ਵੜਰਾ ਉਹਦਾ ਨਾਂ ਵੜਰਾ ਆ ਇਸ ਵਿੱਚੋ ਬਡੇਰੇ ਨੇ ਜਿਹੜੇ ਪੰਜਾਬੀਆਂ ਦਾ ਗੋਤ ਹੈ ਬਡੇਰੇ ਖਾਸ ਕਰਕੇ ਸਿੰਧੀ ਭਾਈਚਾਰੇ ਨਾਲ ਸੰਬੰਧਿਤ ਵੀ ਕਾਫੀ ਲੋਕ ਨੇ ਬਡੇਰੇ ਤੇ ਪਾਕਿਸਤਾਨ ਤੋਂ ਆਏ ਹੋਏ ਪਾਕਿਸਤਾਨ ਤੋਂ ਕਾਫੀ ਵੱਡੀ ਗਿਣਤੀ ਵਿੱਚ ਜਦੋਂ ਆਪਣੀ ਭਾਰਤ-ਪਾਕ ਦੀ ਵੰਡ ਹੋਈ ਹੈ ਦੇਸ਼ ਦੀ ਵੰਡ ਹੋਈ ਹੈ ਤਾਂ ਉਦੋਂ ਬਹੁਤ ਸਾਰੇ ਜਿਹੜਾ ਵਡੇਰਾ ਕਮਿਊਨਿਟੀ ਦੇ ਲੋਕ ਪੰਜਾਬ 'ਚ ਉਸ ਪਾਸੋਂ ਆਏ ਸੀਗੇ ਤੇ ਐਸ ਵੇਲੇ ਪੰਜਾਬ 'ਚ ਵਡੇਰਾ ਕਮਿਊਨਿਟੀ ਜਿਹੜੀ ਹੈਗੀ ਉਹ ਕਾਫੀ ਹੈਗੀ ਹੈ ਖਾਸ ਕਰਕੇ ਜੇ ਰਾਜਪੁਰੇ ਤੁਸੀਂ ਜਾਓ ਜਾਂ ਹੋਰ ਕਿਨ੍ਹੇ ਕਨਾਲ ਵਗੈਰਾ ਜਾਓ ਤੁਹਾਨੂੰ ਵਡੇਰਾ ਮਤਲਬ ਗੋਦ ਦੇ ਲੋਕ ਆ ਮਿਲਦੇ ਨੇ ਤੇ ਉਹ ਇਹਨਾਂ ਦਾ ਜਿਹੜਾ ਗੁੱਤ ਹੈਗਾ ਪ੍ਰਿੰਕਾ ਗਾਂਧੀ ਦੇ ਜਿਹੜੇ ਸੌਰੇ ਹੈਗੇ ਉਹਨਾਂ ਨੇ ਇਹਨੂੰ ਵਿਗਾੜ ਕੇ ਵਾਡਰਾ ਬਣਾ ਲਿਆ ਹੂੰ ਸੋ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕਰੀ ਸੀ ਸਟੇਟ ਇਹ ਕਿ ਮੈਂ ਤਾਂ ਪੰਜਾਬੀਆਂ ਦੀ ਨੂੰਹ ਹਾਂ ਤੇ ਚੰਨੀ ਸਾਹਿਬ ਨੇ ਬੋਲਿਆ ਵੀ ਇਹ ਪੰਜਾਬੀਆਂ ਦੀ ਬਹੂ ਹੈ ਪ੍ਰਿੰਕਾ ਗਾਂਧੀ ਪੰਜਾਬੀਆਂ ਨਾਲ ਇਹਨਾਂ ਦਾ ਨਾਤਾ ਹੈਗਾ ਤੇ ਨਾਲ ਨਾਲ ਜੋਸ਼ ਚਾ ਕੇ ਉਹ ਕਿ ਪੰਜਾਬ ਕੇ ਉਹਨਾਂ ਨੇ ਇਹ ਵੀ ਕਿਹਾ ਤਾਂ ਕਿ ਪੰਜਾਬੀ ਸਾਰੇ ਇੱਕ ਇੱਕ ਮੁੱਠ ਹੋ ਜਾਓ ਇਕੱਠੇ ਹੋ ਜਾਓ ਤੇ ਕਹਿੰਦਾ ਆਪਾਂ ਪੰਜਾਬੀਆਂ ਨੂੰ ਰਾਜ ਨਹੀਂ ਕਰਨ ਦੇਣਾ ਇਸ ਤੋਂ ਦੀ ਸ਼ੁਰੂਆਤ ਹੀ ਵਰਤੀ ਦੇਖੋ ਇੱਕ ਗੱਲ ਮੈਂ ਕਹਿੰਦੀ ਚਾਹੁੰਨਾ ਜਿਹੜੀ ਕਿ ਆਪਾਂ ਸ్రోਤਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਕਿ ਪੰਜਾਬ ਦੀ ਇਸ ਵੇਲੇ ਜਿਹੜੀ ਆਰਥਿਕਤਾ ਹੈਗੀ ਉਹਦੇ ਵਿੱਚ ਖਾਸ ਕਰਕੇ ਜਿਹੜੇ ਬਿਹਾਰ ਤੋਂ ਆਪਣੇ ਲੋਕ ਆਉਂਦੇ ਨੇ ਖਾਸ ਕਰਕੇ ਮਜ਼ਦੂਰੀ ਵਾਸਤੇ ਆਉਂਦੇ ਨੇ ਜਾਂ ਉੱਤਰ ਪ੍ਰਦੇਸ਼ ਤੋਂ ਆਪਣੇ ਮਜ਼ਦੂਰੀ ਵਾਸਤੇ ਆਉਂਦੇ ਨੇ ਲੋਕਾਂ ਉਹਨਾਂ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਬੱਚੇ ਦਾ ਤਕਰੀਬਨ ਤਰੀ ਹੈ ਪਰਿਵਾਰ ਤੋਂ ਬਾਹਰ ਚਲੇ ਗਏ ਨੇ ਜਿਹਦੇ ਦੋ ਵਿੱਚੋਂ ਦੋਨੇ ਵਾਰ ਚਲੇ ਗਏ ਨੇ ਬਹੁਤ ਸਾਰੇ ਪਰਿਵਾਰਾਂ ਦੇ ਬੱਚੇ ਹੁਣ ਜਿਹੜਾ ਖੇਤੀ ਦਾ ਕਾਰੋਬਾਰ ਹੈਗਾ ਜਾਂ ਪੋਲਟਰੀ ਦਾ ਕਾਰੋਬਾਰ ਹੈਗਾ ਜਾਂ ਡੇਰੀ ਦਾ ਕਾਰੋਬਾਰ ਪੰਜਾਬ ਵਿੱਚ ਹੈਗਾ ਉਹ ਤਕਰੀਬਨ ਤਕਰੀਬਨ ਜਿਹੜੇ ਆਪਣੇ ਬਿਹਾਰ ਤੋਂ ਲੇਬਰ ਆਉਂਦੇ ਆ ਮਜ਼ਦੂਰ ਆਉਂਦੇ ਨੇ ਉਹ ਉਹੀ ਸਾਰਾ ਕੰਮ ਸੰਭਾਲ ਰਹੇ ਨੇ ਇਸ ਤਰ੍ਹਾਂ ਜੁਪੀ ਤੋਂ ਜਿੰਨੇ ਵੀ ਆਪਣੇ ਕਾਰੀਗਰ ਇਸੋੜੇ ਆ ਰਹੇ ਨੇ ਜਿਹੜੇ ਮਕਾਨ ਉਸਾਰੀ ਦਾ ਕੰਮ ਕਰ ਰਹੇ ਨੇ ਪਰ ਮਾ ਉਹ ਮਹਾਲੀ ਹੋਵੇ ਖੜਡ ਹੋਵੇ ਜਾਂ ਲੁਧਿਆਣਾ ਹੋਵੇ ਜਾਂ ਫਾਜ਼ਿਲਕਾ ਬੋਰ ਹੋਵੇ ਸਾਰਾ ਕੰਮਕਾਰ ਜਿਹੜਾ ਹੈਗਾ ਆਪਣਾ ਉਹ ਉੱਤਰ ਪ੍ਰਦੇਸ਼ ਦੇ ਕਾਰੀਗਰੀ ਆ ਕੇ ਕਰ ਰਹੇ ਨੇ ਪਰ ਮਾ ਲੱਕੜ ਦਾ ਕੰਮ ਹੋਵੇ ਪਰ ਮਾ ਉਹ ਮਕਾਨ ਉਸਾਰੀ ਦਾ ਕੰਮ ਹੋਵੇ ਖਾਸ ਕਰਕੇ ਜਿਹੜਾ ਚਿਪਸ ਵਗੈਰਾ ਲਾਉਣ ਦਾ ਕੰਮ ਹੈ ਜਾਂ ਫਰਸ਼ ਲਾਉਣ ਦਾ ਕੰਮ ਹੈ ਉਹ ਤਾਂ ਉਹਨਾਂ ਤੋਂ ਬਿਨਾ ਨਹੀਂ ਹੁੰਦੇ ਨਹੀਂ ਹੈਗਾ ਇਸ ਤੋਂ ਵੈਨਟ ਦੀ ਸੱਤਾਂ ਦੇ ਪਲਾਸਟਰ ਵਗੈਰਾ ਦਾ ਕੰਮ ਹੁੰਦਾ ਉਹ ਵੀ ਉਹੀ ਕਰਦੇ ਨੇ ਸੋ ਆਪਣੀ ਜਿਹੜੀ ਪੰਜਾਬ ਦੀ ਇਸ ਵੇਲੇ ਡਿਪੈਂਡੈਂਸੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਹੈਗੀ ਤੇ ਉਹਨਾਂ ਲੋਕਾਂ ਬਾਰੇ ਇਸ ਤੋਂ ਦੇ ਸ਼ਿਵਾਲ ਦੇ ਵਰਤਨਾ ਮੇਰਾ ਖਿਆਲ ਹੈ ਕਿ ਬਹੁਤ ਮੰਦਭਾਗਾ ਹੈਗਾ ਤੇ ਇਹਦੀ ਬੜੀ ਨਹਿਦੀ ਕੀਤੀ ਜਾ ਰਹੀ ਹੈ ਚਾਰਜ ਫਿਰ ਨਹਿਦੀ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜੇ ਉੱਤਰ ਪ੍ਰਦੇਸ਼ ਦੇ ਪੋਲੀਟਿਕਲ ਬੰਦੇ ਹਕੇ ਨੇ ਵਿਹਾਰ ਦੇ ਬੰਦੇ ਹੈਗੇ ਨੇ ਉਹਨਾਂ ਨੇ ਇਸ ਦੇ ਬਾਰੇ ਬਹੁਤ ਬੁਰਾ ਬਣਾਇਆ ਹੈਗਾ ਜੀ ਜੀ ਸੋ ਕੁੱਲ ਮਿਲਾ ਕੇ ਪ੍ਰਿਆੰਕਾ ਗਾਂਧੀ ਦੇ ਰਾਹ ਚ ਵੀ ਇਸ ਬਿਆਨ ਨੇ ਕੰਡੇ ਭੀਜਦੇ ਐ ਇੱਕਦਮ ਇਹਨਾਂ ਨੂੰ ਕਹਿੰਦੇ ਨੇ ਹੌਟ ਵਾਟਰ ਚ ਖੜੇ ਕਰ ਦਿੱਤਾ ਹੈਗਾ ਸਰਜੀਤ ਾਲੀਵਾਲ ਜੀ ਹੁਣ ਗੱਲ ਕਰਦੇ ਆ ਜਿਹੜਾ ਅੰਮ੍ਰਿਤਸਰ ਈਸ ਦੀ ਸੀਟ ਹੈ ਜਿੱਥੇ ਬੜਾ ਗਹਿ ਗੱਚ ਮੁਕਾਬਲਾ ਹੈ ਨਵਜੋਤ ਸਿੱਧੂ ਤੇ ਵਿਕਰਮਜੀਤ ਮੁਜੀਠੀਆ ਦੇ ਵਿਚਕਾਰ ਗਹਿ ਗੱਚ ਮੁਕਾਬਲਾ ਹੈ ਤੇ ਕੋਈ ਵੀ ਉਮੀਦਵਾਰ ਕੋਈ ਅਜਿਹਾ ਕਸਰ ਨਹੀਂ ਬਾਕੀ ਛੱਡ ਰਿਹਾ ਵੋਟਰਾਂ ਨੂੰ ਲੁਭਾਉਣ ਦੇ ਲਈ ਪਰਮਾਉਣ ਦੇ ਲਈ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੇ ਲਈ ਲੇਕਿਨ ਹੁਣ ਕਹਤੇ ਨਾ ਕਿਤੇ ਸੂਈ ਨਵਜੋਤ ਸਿੱਧੂ ਤੇ ਟਿਕਦੀ ਆ ਕੇ ਉਹ ਕਹਿੰਦੇ ਵੀ ਉਹ ਜੱਤੋਂ ਆਪਣੇ ਇਲਾਕੇ 'ਚ ਜਿੱਤੇ ਨੇ ਲੋਕਾਂ ਨੇ ਜਿਤਾਇਆ ਮੁੜ ਕੇ ਕਹਿੰਦੇ ਬਣੀ ਉਹ ਆਪਣੇ ਇਲਾਕੇ 'ਚ ਮੁੜ ਕੇ ਆਈ ਨਹੀਂ ਹੈ ਹਰਕੇ ਦੇ ਲੋਕ ਸਵਾਲ ਪੁੱਛ ਰਹੇ ਨੇ ਤੇ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਸੰਪਰਕ ਨਹੀਂ ਰੱਖਿਆ ਹੈਗਾ ਸੋ ਹੁਣ ਇਸ ਸਵਾਲ ਨੂੰ ਲੈ ਕੇ ਕੀ ਕਹਿ ਰਹੇ ਨੇ ਨਵਜੋਤ ਸਿੱਧੂ ਲੋਕਾਂ ਨੂੰ ਦੇਖੋ ਇਸ ਮੁੱਦੇ ਤੋਂ ਲੈ ਕੇ ਇਸ ਸਵਾਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਜ਼ਿਆਦਾ ਸਫਾਈ ਦੇਣੀ ਪੈ ਰਹੀ ਹੈ ਤੇ ਨਾਲ ਕਹਿਣਾ ਪੈ ਰਿਹਾ ਕਿ ਏ ਮੈਥੋਂ ਭੁੱਲ ਹੋਈ ਐ ਮੈਂ ਇਹ ਗੱਲ ਮੇਰੀ ਮੇ ਗਲਤੀ ਸੀ ਮੈਂ ਇਸ ਗਲਤੀ ਨੂੰ ਮੰਨਦਾ ਹਾਂਗਾ ਤੇ ਨਾਲ ਉਹਨੇ ਕਿਹਾ ਕਿ ਜੇ ਹੁਣ ਮੈਂ ਅਗਲੀ ਵਾਰ ਜੇ ਚੁਣਿਆ ਜਾਵਾਂਗਾ ਤਾਂ ਮੈਂ ਫਿਰ ਇੱਕ ਸਪੈਸ਼ਲ ਟੈਲੀਫੋਨ ਇਸ ਕੰਮ ਵਾਸਤੇ ਲਵਾਵਾਂਗਾ ਜਿਹੜਾ ਕਿ ਇਲਾਕੇ ਦੇ ਲੋਕਾਂ ਵਾਸਤੇ ਜਿਹੜੇ ਹਲਕੇ ਦੇ ਲੋਕ ਰਹਿਗੇ ਨੇ ਉਹ ਮੈਨੂੰ ਉਸ ਟੈਲੀਫੋਨ ਤੇ ਕੰਟੈਕਟ ਕਰ ਸਕਦੇ ਨੇ ਤੇ ਮੈਂ ਹਰੇਕ ਕਾਲ ਟੈਂਡ ਕਰਾਂਗਾ ਇਹ ਗੱਲ ਉਹਨਾਂ ਨੇ ਕਹੀ ਐ ਮਤਲਬ ਉਹਨਾਂ ਨੇ ਕਹਿਣ ਤੋਂ ਪਾਵੇ ਸੀਗਾ ਕਿ ਮੈਂ ਮੋਬਾਈਲ ਫੋਨ ਇੱਕ ਵੱਖਰਾ ਰੱਖ ਲਾਂਗਾ ਇਲਾਕੇ ਦੇ ਆਪਣੇ ਹਲਕੇ ਦੇ ਲੋਕਾਂ ਵਾਸਤੇ ਤੇ ਜਿਹੜੇ ਵੀ ਜੋ ਵੀ ਮੈਨੂੰ ਕਾਲ ਕਰਨੀ ਚਾਹੇਗਾ ਤਾਂ ਮੈਂ ਉਹ ਕਾਲ ਅਟੈਂਡ ਕਰਾਂਗਾ ਤਾਂ ਮੈਂ ਲੋਕਾਂ ਨਾਲ ਸੰਪਰਕ ਚ ਰਹਾਂਗਾ ਇਹ ਗੱਲ ਬਿਲਕੁਲ ਠੀਕ ਹੈਗੀ ਲੋਕਾਂ ਦਾ ਇਤਰਾਜ਼ ਹੈਗਾ ਲੋਕ ਇਤਰਾਜ਼ ਕਰਦੇ ਨੇ ਕਿ ਤਾਂ ਮਿਲਦੇ ਨਹੀਂ ਹੈਗੇ ਤੇ ਮਜੀਠੀਏ ਨੇ ਵੀ ਇਹ ਮੁੱਦਾ ਬਣਾਇਆ ਹੋਇਆ ਬਿਕਰ ਮਜੀਠੀਏ ਨੇ ਉੱਥੇ ਕਿ ਇਹਨੂੰ ਤਾਂ ਮਿਲਣਾ ਹੀ ਬਹੁਤ ਔਖਾ ਹੈਦਾ ਜੀ ਇਹਦੀ ਜੀ ਕੋਠੀ ਹੈਗੀ ਉਹਦੇ ਦਰਵਾਜ਼ੇ ਤਾਂ ਆਮ ਲੋਕਾਂ ਲਈ ਬੰਦ ਹੀ ਰਹਿੰਦੇ ਨੇ ਇਹ ਮੇਰਾ ਖਿਆਲ ਹੈ ਕਿਦੋਂ ਨਾਲ ਕਿ ਤਨਾ ਕਿਤੇ ਇਹ ਜਿਹੜਾ ਦੋਸ਼ ਹੈਗਾ ਇਹ ਠੀਕ ਵੀ ਹੈਗਾ ਕਿ ਸਿੱਧੂ ਜਿਹੜੇ ਬਹੁਤ ਘੱਟ ਮਿਲਦੇ ਨੇ ਜੇ ਸਿੱਧੂ ਫੋਨ ਵੀ ਨਹੀਂ ਚੱਕਦੇ ਛੇਤੀ ਜੇ ਜੇ ਉਹਨਾਂ ਨੂੰ ਕੰਮ ਹੋਵੇ ਤਾਂ ਉਹ ਫੋਨ ਚੱਕ ਲੈਂਦੇ ਨੇ ਨਹੀਂ ਜਿਹੜੇ ਉਹਨਾਂ ਦੇ ਖਾਸ ਦੋਸਤ ਮਿੱਤਰ ਆ ਉਹ ਵੀ ਆਪ ਤੌਰ ਤੇ ਸ਼ਿਕਾਇਤ ਕਰਦੇ ਮੈਂ ਦੇਖੇ ਨੇ ਕਿ ਦੋ ਦੋ ਮਹੀਨੇ ਉਹਨਾਂ ਦੀ ਕਾਲ ਹੀ ਨਹੀਂ ਸੁਣਦੇ ਡੇਢ ਡੇਢ ਮਹੀਨਾ ਮਤਲਬ ਇਸ ਤਰ੍ਹਾਂ ਦਾ ਹੈ ਤੇ ਬਾਕੀ ਜਿਹੜੇ ਵਿਆਹ ਸ਼ਾਦੀਆਂ ਤੇ ਜਾਣੇ ਕੀ ਆ ਬਸ ਉਹ ਖਾਸ ਖਾਸ ਦੋਸਤਾਂ ਦੇ ਵਿਆਹਾਂ ਤੇ ਸ਼ਾਦੀਆਂ ਤੇ ਜਾਂਦੇ ਨੇ ਤੇ ਜਿਹੜੇ ਦੁੱਖ ਸੁੱਖ ਵਿੱਚ ਵੀ ਨਹੀਂ ਉਹ ਸ਼ਾਮਲ ਹੁੰਦੇ ਇਹ ਵੀ ਉਹਨਾਂ ਦੇ ਖਿਲਾਫ ਅਕਸਰ ਦੋਸ਼ ਲੱਗਦਾ ਹੈ ਤੇ ਆਮ ਤੌਰ ਤੇ ਵਿਰੋਧੀ ਪਾਰਟੀਆਂ ਜਿਹੜੇ ਵਿਰੋਧੀ ਉਹਨਾਂ ਦੇ ਉੱਥੇ ਚੋਣ ਲੜ ਰਹੇ ਨੇ ਉਹ ਇਹ ਦੋਸ਼ ਲਾ ਰਹੇ ਨੇ ਕਿਉਂਕਿ ਅੱਜ ਕੱਲ ਪੰਜਾਬ ਵਿੱਚ ਰਵਾਜ ਹੋ ਗਿਆ ਕਿ ਜਿੰਨੇ ਵੀ ਪੋਲੀਟੀਕਲ ਬੰਦੇ ਹੈਗੇ ਉਹ ਵਿਆਹਾਂ 'ਚ ਜ਼ਰੂਰ ਜਾਂਦੇ ਨੇ ਕਿ ਕਿਸੇ ਵੀ ਜਿਹੜਾ ਵੀ ਉਹਨਾਂ ਦਾ ਸਪੋਰਟਰ ਹੁੰਦਾ ਸਮਰਥਕ ਹੁੰਦਾ ਉਹਦੇ ਵਿਆਹ 'ਚ ਜ਼ਰੂਰ ਸ਼ਾਦੀ ਤੇ ਜਾਂਦੇ ਨੇ ਫੇਰ ਭੋਗ ਵਗੈਰਾ ਵੀ ਟੈਂਡ ਕਰਦੇ ਨੇ ਪੰਜਾਬ ਚ ਨਵਾਂ ਰਿਵਾਜ ਕਾਫੀ ਦੇਰ ਤੋਂ ਚੱਲ ਰਿਹਾ ਹੈ ਪਰ ਨਵਜੋਤ ਸਿੰਘ ਸਿੱਧੂ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇ ਬਰਤਾਰੇ ਵਿੱਚ ਉਹ ਸ਼ਾਮਾਂ ਨਹੀਂ ਹੁੰਦੇ ਉਹ ਘਾਟ ਹੀ ਜਾਂਦੇ ਨੇ ਭੋਗਾ ਭੂਗਾ ਤੇ ਜਾਂ ਵਿਆਹ ਉਹ ਹਾਤੇ ਪਾ ਮਾ ਕੇ ਉਹਨਾਂ ਦੇ ਘਰੇ ਕਾਰਡ ਰੁੱਖ ਦੇ ਕੇ ਜਾਂਦੇ ਨੇ ਤੇ ਇਹ ਇਤਰਾਜ਼ ਅਕਸਰ ਉਹਨਾਂ ਦੇ ਖਿਲਾਫ ਅਕਸਰ ਚੱਲਦਾ ਰਹਿੰਦਾ ਹੈ ਤੇ ਕੱਲ ਉਹਨੇ ਫਿਰ ਬਹੁਤ ਵੱਡੀ ਸਫਾਈ ਦਿੱਤੀ ਹੈ ਕਿ ਅੱਗੇ ਤੋਂ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਅੱਗੇ ਤੋਂ ਮੈਂ ਲੋਕਾਂ ਨੂੰ ਮਿਲਣ ਵਾਸਤੇ ਵਿਸ਼ੇਸ਼ ਸਮਾਂ ਵੀ ਰੱਖਾਂਗਾ ਮੈਂ ਆਪਣੇ ਹਲਕੇ 'ਚ ਵੀ ਜਾਇਆ ਕਰਾਂਗਾ ਤੇ ਨਾਲ-ਨਾਲ ਮੈਂ ਇੱਕ ਟੈਲੀਫੋਨ ਵੀ ਵਿਸ਼ੇਸ਼ ਤੌਰ ਤੇ ਲਵਾਵਾਂਗਾ ਜਿਹਦੇ ਰਾਹੀਂ ਲੋਕ ਮੇਰੇ ਨਾਲ ਸੰਪਰਕ ਕਰ ਸਕਦੇ ਹੋਣਗੇ ਉਹਨਾਂ ਨੂੰ ਸਹਾਈ ਦੇਣੀ ਪੈਰੀ ਹੈ ਕਿਉਂਕਿ ਇਸ ਵੇਲੇ ਮੁਕਾਬਲਾ ਬਹੁਤ ਜ਼ਿਆਦਾ ਸਖਤ ਹੋ ਗਿਆ ਉੱਥੇ ਮੇਰਾ ਖਿਆਲ ਹੈ ਕਿ ਮਜੀਠੀਆ ਜਿਹੜਾ ਹੈਗਾ ਉਹ ਬਹੁਤ ਜ਼ੋਰ ਸ਼ੋਰ ਨਾਲ ਕੈਂਪੇਨ ਕਰ ਰਿਹਾ ਤੇ ਮੁਕਾਬਲਾ ਤਿੰਨ ਕੋਨਾ ਜਿਹਾ ਕਹਿ ਲਓ ਵੀ ਬਹੁਤ ਕੋਨੇ ਹੋ ਗਿਆ ਹੈ ਨਾਲ ਉੱਥੇ ਜਿਹੜੀ ਆਮ ਆਦਮੀ ਪਾਰਟੀ ਦੀ ਉਮੀਦਵਾਰਾ ਉਹਨੂੰ ਵੀ ਚੰਗਾ ਹੰਗਾਰਾ ਉਸ ਇਲਾਕੇ ਵਿੱਚ ਮਿਲ ਰਿਹਾ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਨਮਾਇੰਦਾ ਹੈਗਾ ਜਗਮੋਹਨ ਸਿੰਘ ਉਹਨੂੰ ਵੀ ਚੰਗਾ ਹੰਗਾਰਾ ਮਿਲ ਰਿਹਾ ਕਿਉਂਕਿ ਭਾਜਪਾ ਵੀ ਉਸ ਇਲਾਕੇ ਵਿੱਚ ਬਹੁਤ ਜੋਰ ਲਾ ਰਹੀ ਹੈ ਤੇ ਮੁਕਾਬਲਾ ਇਸ ਵਾਰ ਸੌਖਾ ਨਹੀਂ ਜਾਨ ਨਵਜੋਤ ਸਿੰਘ ਸਿੱਧੂ ਬਾਰੇ ਸਿੱਧੂ ਵਾਸਤੇ ਪਹਿਲਾਂ ਉਹ ਬੜੀ ਆਸਾਨੀ ਨਾਲ ਜਿੱਤ ਜਾਂਦੇ ਸੀ ਅਕਸਰ ਕੰਪੇਨ ਨਹੀਂ ਕਰਦੇ ਉਹ ਦੂਸਰੇ ਇਲਾਕਿਆਂ ਵਿੱਚ ਜਾ ਕੇ ਕੰਪੇਨ ਕਰਦੇ ਸੀ ਆਪਣੇ ਹਲਕੇ ਵਿੱਚ ਤਾਂ ਬਹੁਤ ਘੱਟ ਕੰਪੇਨ ਕਰਦੇ ਸੀ ਉਹਨਾਂ ਦੀ ਜਿਹੜੀ ਧਰਮ ਪਤਨੀ ਹੈਗੀ ਨਵਜੋਤ ਕੌਰ ਸਿੱਧੂ ਜ਼ਿਆਦਾ ਕੰਪੇਨ ਉਹੀ ਕਰਦੇ ਸੀ ਪਰ ਐਡ ਕੀਤਾ ਉਹਨਾਂ ਨੂੰ ਗਲੀ ਗਲੀ ਜਾਣਾ ਪੈ ਰਿਹਾ ਹੈ ਹਰ ਘਰ ਦਾ ਦਰਵਾਜ਼ਾ ਪਤਾ ਖੜਕਾਉਣਾ ਪੈ ਰਿਹਾ ਹੈ ਨਾਲ-ਨਾਲ ਕਿੰਦਾ ਲੋਕਾਂ ਨੂੰ ਮਿਲਣਾ ਪੈ ਰਿਹਾ ਹੈ ਦੁਕਾਨਾਂ ਤੇ ਜਾਣਾ ਪੈ ਰਿਹਾ ਹੈ ਤੋਂ ਇਸ ਕਰਕੇ ਜਿਹੜੀ ਚੋਣ ਆ ਉਹਨਾਂ ਵਾਸਤੇ ਬਹੁਤ ਮੁਸ਼ਕਲ ਬਣੀ ਹੋਈ ਹੈ ਪੂਰਾ ਜੋਰ ਲਾ ਰਹੇ ਨੇ ਤੇ ਦੇਖੋ ਪ੍ਰਿੰਕਾ ਗਾਂਧੀ ਨੂੰ ਵੀ ਉਹਨਾਂ ਦੇ ਹਲਕੇ ਵਿੱਚ ਜਾਣਾ ਜਿੱਥੇ ਪ੍ਰਿੰਕਾ ਗਾਂਧੀ ਨੂੰ ਉਹਨਾਂ ਦੇ ਹਲਕੇ ਜਾਣਾ ਪਿਆ ਜੀ ਲੋਕ ਤਾਂ ਇਹ ਚਾਹੁੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਆਕੇ ਸਾਡੇ ਹਲਕਿਆਂ ਵਿੱਚ ਪ੍ਰਚਾਰ ਕਰੇਗਾ ਪਰ ਉਥੇ ਤਾਂ ਖੁਦ ਉਹ ਬੁਲਾ ਰਹੇ ਨੇ ਵੀਆਈਪੀਜ਼ ਨੂੰ ਪ੍ਰਿੰਕਾ ਗਾਂਧੀ ਨੂੰ ਬੁਲਾਇਆ ਉਹਨਾਂ ਨੇ ਹੋਰ ਦੂਸਰੇ ਲੀਡਰ ਵੀ ਉਥੇ ਨੇਤਾ ਵੀ ਜਾ ਰਹੇ ਨੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਵਾਰ ਜਿਹੜੀ ਸਥਿਤੀ ਹੈਗੀ ਨਵਜੋਤ ਸਿੰਘ ਸਿੱਧੂ ਵਾਸਤੇ ਉਸ ਇਲਾਕੇ ਵਿੱਚ ਉਸ ਹਲਕੇ ਵਿੱਚ ਬ ਕਾਫੀ ਮੁਸ਼ਕਲ ਬਣੀ ਹੋਈ ਹੈ ਪਹਿਲਾਂ ਉਹ ਜਿਹੜੀਆਂ ਜਿੰਨੀਆਂ ਵੀ ਚੋਣਾਂ ਜਿੱਤੇ ਨੇ ਬੜੀ ਆਸਾਨੀ ਨਾਲ ਜਿੱਤੇ ਨੇ ਆਪਾਂ ਮੰਨ ਲਈ ਧਰਮਪਾਤਨ ਦੀ ਚੋਣ ਹੋਵੇ ਆਪਾਂ ਉਹਦੀਆਂ ਆਪਦੀਆਂ ਚੋਣਾਂ ਹੁਣ ਉਹ ਬੜੀ ਆਰਾਮ ਨਾਲ ਜਿੱਤ ਜਾਂਦੇ ਸੀਗੇ ਪਰ ਇਸ ਵਾਰੀ ਉਹਨਾਂ ਨੂੰ ਬਹੁਤ ਜੋਰ ਲਾਉਣਾ ਪੈ ਰਿਹਾ ਜੀ ਸੋ ਰਾਤੀ ਵੀ ਮੈਂ ਜੋ ਇਹ ਰਾਈਡਿੰਗ ਹੈਗੀ ਹੈ ਨਵਜੋਸ਼ ਸਿੱਧੂ ਦੀ ਕੁਝ ਉੱਥੇ ਵੱਖ-ਵੱਖ ਲੋਕਾਂ ਨਾਲ ਸੰਪਰਕਾਂ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਸਾਰਿਆਂ ਚੋਂ ਬਹੁ ਗਿਣਤੀ ਦਾ ਇਹੀ ਕਹਿਣਾ ਸੀਗਾ ਕਿ ਇੰਨਾ ਆਸਾਨ ਨਹੀਂ ਹੈ ਇਸ ਵਾਰ ਨਵਜੋਸ਼ ਸਿੱਧੂ ਲਈ ਇਹ ਸੀਟ ਜਿੱਤਣਾ ਬਹੁਤ ਫਸਮੀ ਟੱਕਰ ਹੈ ਤੇ ਜਦੋਂ ਵੀ ਇਹ ਹੁਣ ਡੋਰ ਨਾਕਿੰਗ ਲਈ ਜਾਂਦੇ ਨੇ ਜਾਂ ਲੋਕਾਂ ਨੂੰ ਮਿਲਦੇ ਨੇ ਤਾਂ ਲੋਕ ਇਹੀ ਸਵਾਲ ਪੁੱਛਦੇ ਸੀ ਕਿ ਤੁਸੀਂ ਜਿੱਤ ਕੇ ਕਦੇ ਮੂੰਹ ਨਹੀਂ ਦਿਖਾਇਆ ਹੈਗਾ ਸਾਨੂੰ ਮਿਲੇ ਨਹੀਂ ਤੇ ਅੱਜ ਫੇਰ ਤੁਸੀਂ 5 ਸਾਲ ਬਾਅਦ ਵੋਟਾਂ ਮੰਗਣ ਆ ਗਏ ਹੈਗੇ ਤੇ ਇਹ ਸਵਾਲ ਬਾਰ-ਬਾਰ ਪੁੱਛਦੇ ਨੇ ਦੂਜੇ ਪਾਸੇ ਜਿਹੜੀ ਇਸ ਦੀ ਬਿਆਨਬਾਜ਼ੀ ਹੈ ਬੇਤੁਕੀ ਬੇਹੂਦੀ ਬਿਆਨਬਾਜ਼ੀ ਹੈ ਨਵਜੋਸ ਸਿੱਧੂ ਦੀ ਇਹ ਵੀ ਕਿਤੇ ਨਾ ਕਿਤੇ ਅੜੇਕਾ ਬਣ ਰਹੀ ਹੈ ਤੇ ਲੋਕਾਂ ਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਦੂਜੇ ਪਾਸੇ ਵਿਕਰਮ ਮਜੀਠੀਆ ਵੀ ਉਹਨਾਂ ਤੇ ਕੇਸ ਚੱਲਦਾ ਹੈ ਡਰੱਗਜ਼ ਦੇ ਮਾਮਲੇ 'ਚ ਲੋਕਾਂ ਦਾ ਤਾਂ ਇਹ ਕਹਿਣਾ ਸੀਗਾ ਵੀ ਇਹ ਤਾਂ ਫੈਸਲਾ ਕਹਿੰਦੇ ਅਦਾਲਤ ਨੇ ਕਰਨਾ ਹੈਗਾ ਅਦਾਲਤ ਫੈਸਲਾ ਕਰੇਗੀ ਕਿ ਵਾਕਈ ਕਸੂਰਵਾਰ ਹੈ ਜਾਂ ਨਹੀਂ ਫਿਲਹਾਲ ਇਹਦੇ ਬਾਰੇ ਉਹ ਖਾਮੋਸ਼ ਨੇ ਸੋ ਇਸ ਦਾ ਮਤਲਬ ਇਹ ਹੋਇਆ ਜੋ ਵਿਕਰਮ ਮਜੀਠੀਆ ਹੈ ਆਪਣੀ ਉਹਨੇ ਪਕੜ ਉਹ ਸਰਕੇ ਦੇ ਲੋਕਾਂ ਦੇ ਕਾਫੀ ਮਜ਼ਬੂਤ ਲੱਗਦਾ ਕਰ ਲਈ ਹੈ ਖੈਰ ਹੁਣ ਪਤਾ ਲੱਗੇਗਾ ਵੀ ਲੋਕ ਕਿਵੇਂ ਲੰਦੇ ਨੇ ਹੁਣ ਗੱਲ ਕਰਦੇ ਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੀ ਅਸਲ ਵਿੱਚ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਚਾਹੇ ਹੋਰ ਪਾਰਟੀਆਂ ਹੋਣ ਸਾਰੇ ਅਟੈਕ ਬਾਰ-ਬਾਰ ਆਮ ਆਦਮੀ ਪਾਰਟੀ ਤੇ ਕਰ ਰਹੇ ਆ ਹੁਣ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ ਵੀ ਆਮ ਆਦਮੀ ਪਾਰਟੀ ਤੇ ਅਟੈਕ ਕਰਦੇ ਕਿ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਕਾਂਗਰਸ ਦੀ ਕਾਪੀ ਹੈ ਸਾਨੂੰ ਇੱਕ ਵਾਰੀ ਸੇਵਾ ਕਰਨ ਦਾ ਮੌਕਾ ਲਿਓ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਕੱਲ ਜਦੋਂ ਚੰਡੀਗੜ੍ਹ ਪ੍ਰੈਸ ਕਲੱਬ ਸੀ ਉਸ ਤੋਂ ਥੋੜੀ ਦੇਰ ਬਾਅਦ ਉਹਨਾਂ ਦੀ ਮੇਰੇ ਨਾਲ ਬਹੁਤ ਸੰਖੇਪ ਜੀ ਗੱਲਬਾਤ ਹੋਈ ਹੈ ਉਹ ਕਾਫੀ ਆਸਮੰਦ ਨੇ ਉਹ ਤਾਂ ਕਹਿੰਦੇ ਨੇ ਵੀ ਸਾਡੀ ਕਹਿੰਦੇ ਸਰਕਾਰ ਬਣਨੀ ਤੈ ਹੈਗੀ ਹੈ ਇਸ ਵਾਰੀ Win-win ਸਿਚੁਏਸ਼ਨ ਹੈਗੀ ਹੈ ਸੋ ਹੁਣ ਇਹ ਦੱਸੋ ਵੀ ਆਮ ਆਦੀ ਪਾਰਟੀ ਤੇ ਕਿਉਂ ਵੱਖ-ਵੱਖ ਪਾਰਟੀਆਂ ਅਟੈਕ ਕਰ ਰਹੀਆਂ ਨੇ ਉਹਦਾ ਕਾਰਨ ਬਿਲਕੁਲ ਜਿਹੜਾ ਤੁਸੀਂ ਬਾਅਦ ਵਿੱਚ ਗੱਲ ਕਹੀ ਹੈ ਕਿ ਜਿਹੜੀ ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਸਾਡੀ ਸਰਕਾਰ ਬਣਨ ਵਾਲੀ ਹੈਗੀ ਮਤਲਬ ਇਹ ਗੱਲ ਜਿਹੜੀ ਹੈਗੀ ਤੁਸੀਂ ਕਿਸੇ ਕਿਸੇ ਹੱਦ ਤੱਕ ਠੀਕ ਵੀ ਹੋ ਸਕਦੀ ਹੈ ਕਿਉਂਕਿ ਇਸ ਵੇਲੇ ਜਿਹੜੀ ਚੜ੍ਹਤ ਹੈਗੀ ਉਹ ਪੰਜਾਬ ਵਿੱਚ ਮੇਰਾ ਖਿਆਲ ਹੈ ਕਿ ਆਮ ਆਦੀ ਪਾਰਟੀ ਦੀ ਜੇ ਆਪਾਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਦੇਖੇ ਤਕਰੀਬਨ ਤਕਰੀਬਨ ਜ਼ਿਆਦਾ ਹੈਗੀ ਆ ਖਾਸ ਕਰਕੇ ਮਾਲਵੇ ਵਿੱਚ ਤਾਂ ਲੋਕ ਕਾਫੀ ਵੱਡੀ ਪੱਧਰ ਤੇ ਉਹਨਾਂ ਦੇ ਹੱਕ ਵਿੱਚ ਬੋਲਦੇ ਨੇ ਹਾਂ ਇਹ ਜ਼ਰੂਰ ਹੈ ਕਿ ਸਾਈਲੈਂਟ VOTER ਜਿਹੜਾ ਹੈਗਾ ਜਿਹੜਾ ਆਪਾਂ ਕਹਿੰਦੇ ਕਿ ਕਈ ਬਹੁਤ ਸਾਰੇ VOTER ਹੁੰਦੇ ਨੇ ਜੋ ਚੁੱਪਚੀਤੇ ਮਤਲਬ ਚੁੱਪ ਰਹਿੰਦੇ ਨੇ ਜਦੋਂ ਜਾਣਦੇ ਨੇ ਪੋਲਿੰਗ ਬੂਥ ਤੇ ਉਹਦੇ ਉਹ ਡਿਸਾਈਡ ਕਰਦੇ ਨੇ ਕਿ ਅਸੀਂ ਕਿਹਦੇ ਪਾਸੇ ਵੋਟ ਪਾਉਣੀ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਦਾ ਸਮਰਥਕ ਹੈ ਜਾਂ ਆਮਦਨ ਦੇ ਸਪੋਰਟਰ ਨੇ ਉਹ ਬਹੁਤ ਜ਼ਿਆਦਾ ਵੋਕਲ ਨੇ ਤੇ ਬਹੁਤ ਖੁੱਲ ਕੇ ਵਿਚਰ ਰਹੇ ਨੇ ਤੇ ਸਾਹਮਣੇ ਆ ਕੇ ਮੀਢੇ ਕਹਿ ਰਹੇ ਨੇ ਕਿ ਅਸੀਂ ਐਤ ਕੀ ਝਾੜੂ ਵਾਲਾ ਝਾੜੂ ਵਾਲਾ ਜਿਤਾਵਾਂਗੇ ਬਦਲਾਵ ਦੀ ਗੱਲ ਕਰਦੇ ਨੇ ਸੋ ਆ ਆਮ ਆਦੀ ਪਾਰਟੀ ਨੂੰ ਕਾਫੀ ਆਸ ਹੈ ਕਿ ਐਤ ਕੀ ਸਾਡੀ ਸਰਕਾਰ ਬਣ ਜਾਏਗੀ ਤੋਂ ਜਿਹੜੀ ਭਵੰਤਮਾਨ ਨੇ ਗੱਲ ਤੁਹਾਨੂੰ ਕਹੀ ਹੈ ਉਹ ਮਤਲਬੀ ਆਮ ਤੌਰ ਤੇ ਜਿਹੜੀ ਆਪਣੇ ਜਿਹੜੇ ਤੁਸੀਂ ਜਾਓ ਫੀਲਡ ਵਿੱਚ ਜਾਓ ਪੰਜਾਬ ਦੇ ਵੱਖਰੇ ਵੱਖਰੇ ਹਲਕੇ ਜਾਓ ਤਾਂ ਤੁਹਾਨੂੰ ਉੱਥੇ ਜਾ ਕੇ ਵੀ ਥੋੜਾ ਮੋਟਾ ਇਸ ਗੱਲ ਦਾ ਮਹਿਸੂਸ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਮੁਕਾਬਲਾ ਜਿਹੜਾ ਹੈਗਾ ਕਈ ਹਲਕਿਆਂ ਵਿੱਚ ਜਿਹੜਾ ਉਹ ਹੈਗਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਤੇ ਕਈ ਹਲਕਿਆਂ ਵਿੱਚ ਤਕੋਨਾਮਾ ਮੁਕਾਬਲਾ ਹੈਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਤੇ ਕਾਲੀ ਦਲ ਹੈਗੇ ਤਿੰਨੇ ਤਿੰਨੇ ਤਰ੍ਹਾਂ ਹੈਗੀਆਂ ਨੇ ਸੋ ਇਹ ਜਿਹੜਾ ਕਿਸੇ ਪਾਸੇ ਵੀ ਲੜਾਈ ਜਿਹੜੀ ਜਾ ਸਕਦੀ ਹੈ ਕਿਸੇ ਪਾਸੇ ਵੀ ਮਤਲਬ ਹੋ ਸਕਦਾ ਹੈ ਪਿਛਲੇ ਵਾਰੀ ਵੀ ਜਿਹੜੀ ਉਹਨਾਂ ਦੀ ਬੜਾ ਤਾਮ-ਚਾਮ ਬਹੁਤ ਵੱਡਾ ਸੀ ਆਮ ਆਦਮੀ ਪਾਰਟੀ ਦਾ ਪਰ ਖੇਤ ਚ 20 ਸੀਟਾਂ ਦੀ 70 ਸੀ ਇਸ ਵਾਰੀ ਪਿਛਲੇ ਵਾਰ ਨਾਲ ਤਾਂ ਵੱਧ ਹੈਗਾ ਮਤਲਬ ਲੋਕਾਂ ਦਾ ਜ ਆ ਆਵਾਦੀ ਪਾਰਟੀ ਵਾਂਗ ਪਿਛਲੇ ਸਾਲ ਪਿਛਲੇ ਵਾਰੀ ਨਾਲ ਤਾਂ ਜ਼ਿਆਦਾ ਹੈ ਪਰ ਫਿਰ ਵੀ ਜਦੋਂ ਸਾਰੀਆਂ ਧਿਰਾਂ ਇਸ ਵੇਲੇ ਜੋਰ ਲਾ ਰਹੀਆਂ ਨੇ ਤਾਂ ਕਿਸੇ ਪਾਸੇ ਵੀ ਕੁਝ ਵੀ ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰੀ ਹੰਗ ਵਿਧਾਨ ਸਭਾ ਆਏਗੀ ਕਿਸੇ ਵੀ ਪਾਰਟੀ ਨੂੰ ਮжоਰੀਟੀ ਮਿਲਦੀ ਆਸ ਨਹੀਂ ਹੈਗੀ ਤੇ ਇਹ ਹੋ ਸਕਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਸਭ ਤੋਂ ਵੱਧ ਸੀਟਾਂ ਲਵੇ ਦੇ ਨੰਬਰ 2 ਤੇ ਕਾਂਗਰਸ ਰਹੇ ਜਾਂ ਨੰਬਰ 2 ਤੇ ਕਾਲੀਦਾਰ ਰਹੇ ਨੰਬਰ 3 ਤੇ ਕਾਂਗਰਸ ਰਹੇ ਇਸੰਦੀਆਂ ਕਿਆ ਸਰ ਆਈਆਂ ਜਿਹੜੀ ਚੱਲ ਰਹੀਆਂ ਨੇ ਹਲੇ ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਅੱਜ ਅੱਜ ਤੇ ਕੱਲ ਵਿੱਚ ਜਿਹੜਾ ਮੇਰਾ ਖਿਆਲ ਹੈ ਕਿ ਲੋਕ ਆਪਣਾ ਆਕ ਮਨ ਬਣਾਉਣਗੇ ਤੇ ਆਖਰੀ ਫੈਸਲਾ ਫਿਰ ਇਹਨਾਂ ਦਿਨਾਂ ਚ ਹੀ ਆਖਰੀ 48 ਘੰਟਿਆਂ ਵਿੱਚ ਹੀ ਹੁੰਦਾ ਹੈ ਕਿ ਕਿਧਰ ਨੂੰ ਵਾਜੀ ਜਾ ਰਹੀ ਹੈ ਸੋ ਜਿਹੜਾ ਹਮਲਾ ਕੀਤਾ ਹੈ ਪ੍ਰਧਾਨ ਮੰਤਰੀ ਨੇ ਉਹ ਬਹੁਤ ਪਹਿਲੀ ਵਾਰ ਹੀ ਮੈਂ ਦੇਖਿਆ ਕਿ ਪ੍ਰਧਾਨ ਮੰਤਰੀ ਇੰਨਾ ਤਿੱਖਾ ਬੋਲੇ ਨੇ ਆਮ ਆਦੀ ਪਾਰਟੀ ਦੇ ਖਿਲਾਫ ਪਹਿਲਾਂ ਆਮ ਤੌਰ ਤੇ ਉਹ ਆਮ ਆਦੀ ਪਾਰਟੀ ਦੇ ਖਿਲਾਫ ਜਿਆਦਾ ਕਹਿੰਦੇ ਨਹੀਂ ਸੀਤਰਜੀ ਨਹੀਂ ਸੀ ਦਿੰਦੇ ਆਮ ਆਦੀ ਪਾਰਟੀ ਨੂੰ ਕਿਉਂਕਿ ਉਹ ਸਮਝਦੇ ਨਹੀਂ ਸੀ ਕਿ ਇਹ ਸਾਡੇ ਮੁਕਾਬਲੇ ਚ ਭਾਜਪਾ ਦੇ ਮੁਕਾਬਲੇ ਚ ਦੇਸ਼ ਦੇਸ਼ ਭਰ ਵਿੱਚ ਕਿਤੇ ਖੜੀ ਹੋ ਸਕਦੀ ਹੈ ਪਰ ਹੁਣ ਉਹਨਾਂ ਨੇ ਮੇਰੇ ਖਿਆਲ ਮਹਿਸੂਸ ਕੀਤਾ ਹੈ ਕਿ ਆਮ ਆਦੀ ਪਾਰਟੀ ਯਾਰ ਨੂੰ ਪੰਜਾਬ ਚ ਵੱਡਾ ਹੰਗਾਰਾ ਮਿਲ ਰਿਹਾ ਹੈ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦੀ ਪਾਰਟੀ ਹੈਗੀ ਇਹ ਤਾਂ ਇੱਕ ਕਾਂਗਰਸ ਪਾਰਟੀ ਦੀ ਕਾਰਬਨ ਕਾਪੀ ਹੈਗੀ ਜੇ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਵੱਡੇ ਘਟਾਲੇ ਕੀਤੇ ਨੇ ਤਾਂ ਦਿੱਲੀ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈਗੀ ਉਹ ਵੱਡੇ ਘਟਾਲੇ ਕਰ ਰਹੀ ਹੈ ਮਤਲਬ ਵੱਡੇ ਸਕੈਂਡਲ ਕਰ ਰਹੀ ਹੈ ਇੱਕ ਤਾਂ ਇਹ ਦੋਸ਼ਾਂ ਨੇ ਲਾਇਆ ਦੂਸਰੀ ਉਹ ਗੱਲ ਉਹਨਾਂ ਨੇ ਕਹੀ ਹੈ ਕਿ ਜੇ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਆ ਜਿਹੜੀ ਕਾਂਗਰਸ ਪਾਰਟੀ ਹੈਗੀ ਰੋਕ ਨਹੀਂ ਸਕੀ ਤੇ ਜਿਹੜੇ ਪੋਲੀਟੀਕਲ ਬੰਦੇ ਇੱਥੇ ਨਸ਼ਿਆਂ ਵਿੱਚ ਨਸ਼ਿਆਂ ਦੀ ਤਸਕਰੀ ਵੀ ਸ਼ਾਮਲ ਨੇ ਤਾਂ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਸ਼ਰਾਬੀ ਸ਼ਰਾਬ ਕਰਤੀ ਹੈ ਠੀਕੇ ਇਹਨੇ ਖੋਲਤੇ ਨੇ ਸ਼ਰਾਬ ਦੇ ਇਹ ਉਹਨਾਂ ਨੇ ਦੋਸ਼ ਲਾਇਆ ਕਿ ਉਹ ਇਹ ਉੱਥੋਂ ਦੇ ਨੌਜਵਾਨਾਂ ਨੂੰ ਸ਼ਰਾਬ ਦੇ ਐਡਿਕਟ ਬਣਾ ਰਹੀ ਹੈ ਦਿੱਲੀ ਵਿੱਚ ਥਾਂ ਥਾਂ ਸ਼ਰਾਬ ਦੇ ਦੁਕਾਨਾਂ ਖੋਲਤੀਆਂ ਨੇ ਇਹ ਦੂਸਰਾ ਦੋਸ਼ ਉਹਨਾਂ ਨੇ ਲਾਇਆ ਹੈਗਾ ਸੋ ਮਤਲਬ ਕਹਿ ਸਕਦੇ ਆਪਾਂ ਕਿ ਕੱਲ ਪਹਿਲੀ ਵਾਰੀ ਰੱਜ ਕੇ ਕੀਨ ਹੈ ਆ ਪ੍ਰਧਾਨ ਮੰਤਰੀ ਨੇ ਆਮ ਆਦੀ ਪਾਰਟੀ ਤੇ ਹਮਲਾ ਕੀਤਾ ਤੇ ਉਹਨਾਂ ਤੇ ਤੰਜ ਕਸੇ ਨੇ ਨਾਲ ਨਾਲ ਕਾਂਗਰਸ ਤੇ ਵੀ ਉਹਨਾਂ ਨੇ ਹਮਲਾ ਕੀਤਾ ਕਿ ਕਰਤਾਰਪੁਰ ਕਰਤਾਰਪੁਰ ਸਾਵਦਾ ਦਾ ਜ਼ਿਕਰ ਆ ਉਹਨਾਂ ਨੇ ਬਾਰ ਬਾਰ ਕੀਤਾ ਹੈ ਕਿ ਜੇ ਕਾਂਗਰਸ ਚਾਹੁੰਦੀ ਦੇਸ਼ ਦੀ ਵੰਡ ਵੇਲੇ ਤਾਂ ਇਹ ਮੁਖ ਧਿਰ ਸੀਗੀ ਉਸ ਵੇਲੇ ਤਾਂ ਕਰਤਾਰਪੁਰ ਸਰ ਜਿਹੜਾ 10 ਕਿਲੋਮੀਟਰ ਹੈ ਉਸ ਨੂੰ ਲਿਆ ਜਾ ਸਕਦਾ ਸੀ ਬਾਬੇ ਗੁਰੂ ਨਾਨਕ ਸਾਹਿਬ ਦੀ ਧਰਤੀ ਸੀ ਕਿਉਂ ਨਹੀਂ ਇਹਨਾਂ ਨੇ ਉਦੋਂ ਨੇਗੋਸ਼ੀਏਟ ਕੀਤਾ ਕਿ ਇਹ ਏਰੀਆ ਤਾਂ ਅਸੀਂ ਲੈਣੇ ਲੈਣਾ ਇਸ ਇਲਾਕੇ ਇਹ ਇਲਾਕਾ ਸਾਨੂੰ ਦਿਓ ਜਦੋਂ ਅੰਗਰੇਜ਼ ਉਦੋਂ ਵੰਡ ਕਰ ਰਹੇ ਸੀ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਹੀਰੋ ਨੇ ਜ਼ਿਕਰ ਕੀਤਾ ਕਿ ਜਦੋਂ 1965 ਦੀ ਲੜਾਈ ਹੋਈ ਹੈ ਉਦੋਂ ਤਕਰੀਬਨ ਤਰੀ ਨੂੰ ਜਿਹੜੀ ਭਾਰਤੀ ਫੌਜ ਸੀ ਉਹ ਲਾਹੌਰ ਦੇ ਨੇੜੇ ਤੇ ਨੇ ਪਹੁੰਚਣ ਵਾਲੀ ਸੀ ਉਦੋਂ ਵੀ ਗੱਲ ਜਦੋਂ ਇਲਾਕਾ ਛੱਡਿਆ ਗਿਆ ਪਾਕਿਸਤਾਨ ਵਾਲਾ ਤਾਂ ਉਦੋਂ ਮਤਲਬ ਗੱਲਬਾਤ ਕਰਨੀ ਚਾਹੀਦੀ ਸੀ ਉਦੋਂ ਨੇਗੋਸ਼ੀਏਸ਼ਨ ਵਰਕ ਕਰਕੇ ਇਹ ਇਲਾਕਾ ਲੈ ਲੈਣਾ ਚਾਹੀਦਾ ਸੀਗਾ ਮਤਲਬ ਇਸ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਦੋ ਤਿੰਨ ਮੌਕੇ ਆਏ ਫਿਰ 1971 ਦੀ ਵੀ ਗੱਲ ਉਹਨਾਂ ਨੇ ਜ਼ਿਕਰ ਕੀਤਾ ਕਿ 1971 71 ਦੇ ਵੇਲੇ ਬਹੁਤ ਸਾਰੇ ਤੋਂ ਬੰਗਲਾਦੇਸ਼ ਦੀ ਲੜਾਈ ਹੋਈ ਤਾਂ ਬਹੁਤ ਸਾਰੇ ਜਿਹੜੇ ਪਾਕਿਸਤਾਨ ਦੇ ਕੈਦ ਆਪਣਾ ਫੌਜੀ ਸੀਗੇ ਉਹ ਮਤਲਬ ਵੀ ਉਹਨੇ ਸਰੈਂਡਰ ਕਰਤਾ ਸੀ ਤੇ ਉਹ ਨਾ ਭਾਰਤ ਵਿੱਚ ਰਹੇ ਹੋ ਕਾਫੀ ਦੇਰ ਮੇਰਾ ਲੱਗ ਕੇ 90 ਹਜ਼ਾਰ ਦੇ ਕਰੀਬ-ਕਰੀਬ ਫੌਜੀ ਸੀਗੇ ਜਿਹੜਾ ਉਹ ਭਾਰਤ ਦੀਆਂ ਜੇਲਾਂ ਵਿੱਚ ਰਿਹਾ ਤਾਂ ਜੀ ਜਿਹੜੇ ਮੋਦੀ ਸਾਹਿਬ ਉਹਨੇ ਕਿਹਾ ਕਿ ਉਦੋਂ ਵੀ ਨੇਗੋਸ਼ੀਏਸ਼ਨ ਕਰਨੀ ਚਾਹੀਦੀ ਸੀ ਵੀ ਚਲੋ ਅਸੀਂ ਕੈਦੀ ਆਪਣਾ ਜਿਹੜੇ ਫੌਜੀ ਸਾਰੇ ਛੱਡ ਦਿੰਨੇ ਆ ਪਰ ਸਾਨੂੰ ਉਹ ਜਿਹੜੇ ਆਹ ਹਾ ਇਲਾਕੇ ਦੇ ਕਰਤਾਰਪੁਰ ਸਾਦਾ ਇਲਾਕਾ ਇਹ ਸਾਨੂੰ ਦੇ ਦਿਓ ਤੇ ਸਾਡੇ ਨਾਲ ਲੱਗਦਾ ਹੈ ਕਿਉਂਕਿ ਸਾਡੇ ਜਿਹੜੇ ਸਿੱਖ ਪਾਈਚਾਰੇ ਦੀ ਹੈਗੀ ਇੱਥੇ ਬਹੁਤ ਜ਼ਿਆਦਾ ਸ਼ਰਧਾ ਹੈਗੀ ਸਿੱਖ ਪਾਈਚਾਰੇ ਤੋਂ ਇਲਾਵਾ ਜਿਹੜੇ ਸਿੰਧੀ ਪਾਈਚਾਰੇ ਆ ਦੂਸਰੇ ਲੋਕ ਵੀ ਉੱਥੇ ਜਾਣ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹੈਗੇ ਨੇ ਤਾਂ ਇਹਨਾਂ ਦੀ ਆਸਥਾ ਹੈਗੀ ਜੇ ਸਾਨੂੰ ਇਹ ਦੇ ਦਿਓ ਤਾਂ ਸਾਡੇ ਵਾਸਤੇ ਆਸਾਨ ਹੋ ਜਾਏਗਾ ਸਾਨੂੰ ਕੋਈ ਮਤਲਬੀ ਕਲੀਅਰੈਂਸ ਨਹੀਂ ਲੈਣੀ ਪੈਗੀ ਸਿੱਧੇ ਲੋਕਾਂ ਜਾ ਸਕਣਗੇ ਇਸ ਤੋਂ ਦੀ ਗੱਲ ਨਹੀਂ ਪ੍ਰਧਾਨ ਮੰਤਰੀ ਨੇ ਕਹੀਆਂ ਨੇ ਨਾਲ ਨਾਲ ਫਿਰ ਉਹਨਾਂ ਨੇ ਲੋਕਾਂ ਨੂੰ ਇੱਕ ਅਪੀਲ ਵੀ ਕੀਤੀ ਹੈ ਇਹਦੇ ਐਸ ਵਾਰੀ ਸਾਨੂੰ 5 ਸਾਲ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ ਤਾਂ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਾ ਦੇਾਂਗੇ ਪੰਜਾਬ ਨੂੰ ਫੇਰ ਸਿਖਰ ਤੇ ਲੈ ਜਾਵਾਂਗੇ ਲੀਡਿੰਗ ਸਟੇਟ ਬਣਾ ਦੇਾਂਗੇ ਜਿਹੜੀ ਕਾਰਜੇ ਦੀ ਮਸਲਾ ਹੈਗਾ ਉਹਨੂੰ ਹੱਲ ਕਰਾਂਗੇ ਜਿਹੜਾ ਖੇਤੀ ਦੇ ਮਸਲੇ ਹੈਗੇ ਉਹਨਾਂ ਨੂੰ ਹੱਲ ਕਰਾਂਗੇ ਤੇ ਉਹ ਕਹਿੰਦਾ ਵੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਤਾਂ ਨੂਰਾ ਕੁਸ਼ਤੀ ਖੇਡ ਰਹੇ ਨੂਰਾ ਕੁਸ਼ਤੀ ਕਰ ਰਹੇ ਨੇ ਇਹ ਮਿਲ ਕੇ ਖੇਡ ਖੇਲ ਖੇਡ ਰਹੇ ਨੇ ਇਸ ਕਰਕੇ ਸਾਨੂੰ ਮੌਕਾ ਦੇਉ ਅਸੀਂ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਕਰ ਸਕਦੇ ਆਂ ਪੰਜਾਬ ਨੂੰ ਅਸੀਂ ਨਵਾਂ ਨਵੀਂ ਦਿਸ਼ਾ ਦੇ ਸਕਦੇ ਆਂ ਇਸ ਦੀ ਆਰਥਿਕਤਾ ਨੂੰ ਸੁਧਾਰ ਸਕਦੇ ਆਂ ਇਸ ਤਰ੍ਹਾਂ ਦੀਆਂ ਗੱਲਾਂ ਕੱਲ ਪ੍ਰਧਾਨ ਮੰਤਰੀ ਨੇ ਕਹੀਆਂ ਨੇ ਅੱਜ ਫੇਰ ਦੁਬਾਰਾ ਉਹਨਾਂ ਨੇ ਆਉਣਾ ਹੈਗਾ ਅੱਜ ਉਹਨਾਂ ਦੀ ਜਿਹੜੀ ਰੈਲੀ ਹੈਗੀ ਉਹ ਮਾਲਵੇ ਵਿੱਚ ਹੈਗੀ ਅਵੌਰ ਵਿੱਚ ਉੱਥੇ ਮੇਰਾ ਖਿਆਲ ਹੈ ਕਿ ਅੱਜ ਫੇਰ ਦੁਬਾਰਾ ਜਿਹੜੀਆਂ ਗੱਲਾਂ ਉਹ ਪਹਿਲਾਂ ਕਰਕੇ ਗਏ ਨੇ ਉਹ ਜ਼ਰੂਰ ਕਰਨਗੇ ਕੱਲ ਉਹਨਾਂ ਦੀ ਜਿਹੜੀ ਭਾਸ਼ਣ ਸੀਗਾ ਉਹਦੇ ਵਿੱਚ ਕਾਫੀ ਜੋਸ਼ ਸੀਗਾ ਤੇ ਮੈਨੂੰ ਲੱਗਾ ਕਿ ਉਹਨੂੰ ਕਿਤੇ ਨਾ ਕਿਤੇ ਭਾਜਪਾ ਨੂੰ ਆਸ ਬਣਦੀ ਜਾ ਰਹੀ ਹੈ ਕਿ ਕੁਛ ਨਾ ਕੁਛ ਹੀ ਤਾਂ ਉਹਨਾਂ ਦੇ ਪੱਲੇ ਵੀ ਜ਼ਰੂਰ ਪੈਣਗੀਆਂ ਖਾਸ ਕਰਕੇ ਮੱਝੇ ਤੇ ਦਵਾਬੇ ਦੇ ਖੇਤਰ ਵਿੱਚ ਜੀ ਸਰਜੀਤ ਢਾਲੀਵਾਲ ਜੀ ਹੁਣ ਗੱਲ ਕਰਦੇ ਆ ਅਮਿਤ ਸ਼ਾਹ ਜੀ ਦੀ ਜੋ ਰਾਧਾ ਸਵਾਮੀ ਦੇ ਮੁਖੀ ਨੇ ਉਹਨਾਂ ਨਾਲ ਕਹਿੰਦੇ ਕਾਫੀ ਲੰਮਾ ਸਮਾਂ ਗੱਲਬਾਤ ਚੱਲੀ ਹੈ ਹੁਣ ਮੈਨੂੰ ਲੱਗਦਾ ਹੈ ਜਿਹੜੀ ਭਾਜਪਾ ਪਾਰਟੀ ਹੈ ਡੇਰਿਆਂ ਤੇ ਵੱਖ-ਵੱਖ ਡੇਰਿਆਂ ਤੇ ਚਾਹੇ ਨਿਰੰਕਾਰੀਆਂ ਦਾ ਹੋਵੇ ਚਾਹੇ ਆਹ ਰਾਧਾ ਸਵਾਮੀਆ ਦਾ ਹੋਵੇ ਚਾਹੇ ਆ ਦੂਜਾ ਆ ਜਿਹੜਾ ਰਾਮ ਰਹੀਮ ਹੈ ਇਹਨਾਂ ਦਾ ਹੋਵੇ ਜਾਂ ਹੋਰ ਡੇਰੇ ਹੋਣ 8-10 ਡੇਰੇ ਆ ਇਹਨਾਂ ਦੇ ਕੋਲ ਵੱਡਾ ਵੋਟ ਬੈਂਕ ਹੈ ਹੁਣ ਵੋਟਾਂ ਵਟੋਰਨ ਲਈ ਇਹਨਾਂ ਤੇ ਪਕੜ ਮਜ਼ਬੂਤ ਕਰ ਰਹੀ ਆ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਈ ਤੇ ਹੁਣ ਆ ਰਾਧਾ ਸਵਾਮੀ ਨਾਲ ਅੰਮੇਸ਼ਾ ਦੀ ਮੀਟਿੰਗ ਹੋਈ ਹੈ ਇਸ ਨੂੰ ਕਿਵੇਂ ਲਿਆ ਜਾ ਰਿਹਾ ਸਿਆਸੀ ਗਲਿਆਰਿਆਂ ਦੇ ਵਿੱਚ ਦੇਖੋ ਸਾਰੀਆਂ ਪਾਰਟੀਆਂ ਹੀ ਤਕਰੀਬਨ ਤਕਰੀਬਨ ਲੋਰੇ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਡੇਰਿਆਂ ਤੇ ਖਾਸ ਕਰਕੇ ਡੇਰਾ ਮੁਖੀਆਂ ਨਾਲ ਗੱਲਬਾਤ ਕਰ ਰਹੀਆਂ ਨੇ ਕੁਝ ਪਾਰਟੀਆਂ ਉਪਲਿ ਕਰ ਰਹੀਆਂ ਨੇ ਤੇ ਕੁਝ ਪਾਰਟੀਆਂ ਲੁਕਸ਼ੀਪ ਕੀ ਕਰ ਰਹੀਆਂ ਨੇ ਜਿਹੜੀ ਭਾਜਪਾ ਉਹ ਸਭ ਤੋਂ ਬਿਲਕੁਲ ਉਪਲਿ ਕਰ ਰਹੀ ਹੈ ਕੱਲ ਜਿਹੜੇ ਮਿਤ ਸ਼ਾਹ ਹੈਗੇ ਨੇ ਉਹਨਾਂ ਨੇ ਜਿਹੜੇ ਵਿਆਸ ਡੇਰੇ ਦੇ ਮੁਖੀ ਹੈਗੇ ਨੇ ਗੁਰਿੰਦਰ ਸਿੰਘ ਢਿੱਲੋਂ ਆਵਾ ਗੁਰਿੰਦਰ ਸਿੰਘ ਢਿੱਲੋਂ ਜਨਨ ਕਹਿੰਦੇ ਨੇ ਉਹਨਾਂ ਨਾਲ ਉਹਨੇ ਕਾਫੀ ਲੰਬਾ ਸਮਾਂ 1 ਘੰਟੇ ਤੋਂ ਵੱਧ ਮੁਲਾਕਾਤ ਕੀਤੀ ਹੈ ਇਹ ਭਾਜਪਾ ਦੇ ਦੋ ਵੱਡੇ ਆਗੂਆਂ ਦੀ ਦੂਸਰੀ ਮੁਲਾਕਾਤ ਹੈ ਪਹਿਲਾਂ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਸੀਗੇ ਉੱਥੇ ਆਪਣਾ ਦਿੱਲੀ ਵਿੱਚ ਤੇ ਉਦੋਂ ਵੀ ਮੇਰਾ ਖਿਆਲ ਹੈ ਕਿ ਕਾਫੀ ਲੰਮੀ ਮੁਲਾਕਾਤ ਹੋਈ ਸੀ ਤੇ ਗੱਲਬਾਤ ਦਾ ਸਿਸਟਾ ਤਾਂ ਆਪਾਂ ਨੂੰ ਪਤਾ ਹੀ ਹੈਗਾ ਕਿ ਇਹੀ ਹੋਏਗਾ ਕਿ ਚੋਣਾਂ ਵਿੱਚ ਸਾਡੀ ਮਤ ਕਰੋ ਡੇਰਾ ਰਾਧਾ ਸਵਾਮੀ ਦੀ ਜਿਹੜੀ ਡੇਰਾ ਰਾਧਾ ਸਵਾਮੀ ਹੈਗਾ ਜਿਹੜਾ ਇਹਨਾਂ ਦੀ ਕਾਫੀ ਪકડ ਹੈਗੀ ਖਾਸ ਕਰਕੇ ਹਰਪੁਰ ਤੇ ਉਹ ਫਾਹਲਕਾ 벨ਟ ਹੈਗੀ ਉਹ ਟੋਟਲ 벨ਟ ਵਿੱਚ ਬਹੁਤ ਜ਼ਿਆਦਾ ਰਵਾਬ ਹੈਗਾ ਡੇਰਾ ਰਾਜਸਵਾਮੀਆ ਦਾ ਫਿਰ ਦੁਆਬੇ ਦੇ ਏਰੀਏ ਵਿੱਚ ਖਾਸ ਕਰਕੇ ਜਿਹੜਾ ਜਲੰਧਰ ਦਾ ਏਰੀਆ ਹੈਗਾ ਉੱਥੇ ਵੀ ਕਾਫੀ ਪਕੜ ਹੈਗੀ ਡੇਰਾ ਰਾਜਸਵਾਮੀਆ ਦੀ ਆ ਮਾਲਵੇ ਦੇ ਕੁਝ ਖੇਤਰਾ ਵਿੱਚ ਆਪਾਂ ਕਹਿ ਸਕਦਾ ਕਿ ਜਿਹੜਾ ਕੋਰ ਮਾਲਵਾ ਬਠਿੰਡਾ ਮੁਕਸ ਆਪਣਾ ਸੰਗਰੂਰ ਜੀ ਮਾਨਸਾਹਬ ਵਗੈਰਾ ਉੱਥੇ ਡੇਰਾ ਬਾਬਾ ਡੇਰਾ ਰਖਾ ਵਿਆਸ ਹੈਗਾ ਉਹਦੀ ਉੱਥੇ ਈ ਪਕੜ ਨਹੀਂ ਜਿੰਨੀ ਪਕੜ ਇਧਰ ਆਪਣਾ ਨੂਰਪੁਰ ਬੇਦੀ ਵਾਲੇ ਏਰੀਏ ਚ ਹੈ ਜਾਂ ਮੈਂ ਫਿਰ ਪਰਬਤ ਦੀ ਗੱਲ ਕੀਤੀ ਆ ਉਥੇ ਪਾਕੜ ਹੈਗੀ ਜਾਂ ਜਿਹੜੀ ਪਹਾੜੀ ਬੈਲਟ ਹੈਗੀ ਆਪਣੇ ਪਹਾੜਾਂ ਦੇ ਨਾਲ ਲੱਗਦੀ ਹੈ ਸ਼왈ਖ ਦੇ ਹਿਲ ਦੇ ਨਾਲ ਇੱਥੇ ਕਾਫੀ ਵੱਡੀ ਪਾਕੜ ਹੈਗੀ ਸੋ ਵਾਰ-ਵਾਰ ਜਿਹੜੀ ਗੱਲ ਹੋ ਰਹੀ ਆ ਉਹ ਚੋਣਾਂ ਵਾਰੀ ਹੋ ਰਹੀ ਆ ਕਿ ਸਾਡੀ ਆ ਵੋਟਾਂ ਦੇ ਮੱਤ ਕਰੋ ਜੇ ਤੁਸੀਂ ਸਾਡੀ ਮੱਤ ਕਰ ਦਿਓ ਤਾਂ ਸਾਡੀ ਸਾਨੂੰ ਕੁਛ ਨਾ ਕੁਛ ਸੀ ਤਾਂ ਜਿਹੜੀਆਂ ਵੱਸ ਸਕਦੀਆਂ ਸਾਡੇ ਪੰਜਾਬ ਵਿੱਚ ਮੇਰੇ ਖਿਆਲ ਇਸ ਤੋਂ ਦੀ ਗੱਲਬਾਤ ਹੀ ਹੋਈ ਰਹੂ ਹੋ ਰਹੀ ਹੋਊਗੀ ਕਿਉਂਕਿ ਹਲੇ ਤੱਕ ਜਿਹੜਾ ਕੋਈ ਐਲਾਨ ਨਹੀਂ ਆਇਆ ਜਿਹੜਾ ਰਾਮ ਰਹੀਮ ਨੂੰ ਛੱਡਿਆ ਤਾਂ ਜਰੂਰ ਗਿਆ ਹੈ ਪਿਛਲੇ ਦਿਨ ਤੋਂ ਫਰ ਲੋਤੇ ਚੱਲ ਰਹੇ ਨੇ ਪਰ ਅਜੇ ਤੱਕ ਡੇਰਾ ਸੱਚਾ ਸੁਦਾ ਦਾ ਵੀ ਕੋਈ ਬਿਆਨ ਨਹੀਂ ਆਇਆ ਕਿ ਉਹ ਕਿਦੀ ਮਤ ਕਰਨਗੇ ਕੋਈ ਹਲੇ ਕੰਸੂ ਨਹੀਂ ਮਿਲ ਰਹੀ ਮੈਂ ਕਨ ਕੋਸ਼ ਕੀਤੀ ਸੀ ਕਿ ਉਹਨਾਂ ਦੇ ਬੰਦਿਆਂ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਕਿਦੀ ਮਤ ਕਰ ਰਹੇ ਹੋ ਕੀ ਰਹਿ ਬਣੀ ਹੈ ਮੇਰਾ ਖਿਆਲ ਹੈ ਕਿ ਹਲੇ ਜਿਹੜੀ ਆਪਾਂ ਪਹਿਲਾਂ ਵੀ ਗੱਲ ਸੋਲਤਿਆਂ ਸਾਂਝੀ ਕਰ ਚੱਲੇ ਕਰ ਚੁੱਕੇ ਹਾਂ ਕਿ ਉੱਥੇ ਫੁੱਟ ਚੱਲ ਰਹੀ ਹੈ ਕੁਸ਼ਤੇਰਾ ਕਹਿ ਰਹੇ ਹਨ ਕਿ ਸਾਨੂੰ ਕਿਸੇ પાર્ટી ਦੀ ਮਤ ਨਹੀਂ ਕਰਨੀ ਚਾਹੀਦੀ ਜੀ ਲੋਕ ਆਪਣੇ ਫਾਲੋਅਰ ਤੇ ਛੱਡ ਦੇਣਾ ਚਾਹੀਦਾ ਕਿ ਨੂੰ ਵੋਟ ਪਾਉਣੇ ਚਾਹੁੰਦੇ ਨੇ ਸੋ ਰਾਧਾ ਸਵਾਮੀ ਡੇਰੇ ਨਾਲ ਵੀ ਗੱਲਬਾਤ ਮੇਰੇ ਖਿਆਲ ਹੈ ਕਿ ਭਾਜਪਾ ਹੀ ਤਾਂ ਲਗਾਤਾਰ ਚੱਲ ਰਹੀ ਹੈ ਪਰ ਦੂਸਰੀਆਂ ਪਾਰਟੀਆਂ ਦੇ ਬੰਦੇ ਵੀ ਉੱਥੇ ਜਿਹੜੇ ਮਾਰ ਰਹੇ ਨੇ ਇਹ ਦੋ ਵੱਡੇ ਡੇਰੇ ਹੈਗੇ ਨੇ ਸੱਚਾ ਸੌਦਾ ਤੇ ਡੇਰਾ ਬਿਆਸ ਇਸ ਤੋਂ ਇਲਾਵਾ ਛੋਟੇ-ਛੋਟੇ ਡੇਰੇ ਹੋਰ ਵੀ ਬਹੁਤ ਸਾਰੇ ਹੈਗੇ ਨੇ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਚੰਨੀ ਹੈਗੇ ਨੇ ਉਹ ਜਿਹੜੇ ਆਪਣਾ ਨਕੌਦਰ ਕੋਲੇ ਡੇਰਾ ਹੈਗਾ ਨੂਰਮਹਿਲ ਕੋਲੇ ਡੇਰਾ ਹੈਗਾ ਜਿਹੜਾ ਉੱਥੇ ਵੀ ਜਾ ਕੇ ਆਏ ਨੇ ਤੇ ਉੱਥੇ ਵੀ ਉਹਨਾਂ ਦੇ ਜਿਹੜੇ ਨਿਆਈ ਹੈਗੇ ਉਹਨਾਂ ਨੂੰ ਮਿਲ ਕੇ ਆਏ ਨੇ ਉਹਨਾਂ ਦੇ ਬਾਰੇ ਸਾਈਂ ਸਾਈਂ ਦਾ ਡੇਰਾ ਗੁਰਦਾਸ ਮਾਨ ਦੇ ਗੁਰੂ ਦਾ ਨਹੀਂ ਦੂਸਰਾ ਜਿਹੜਾ ਇੱਕ ਹੋਰ ਡੇਰਾ ਹੈਗਾ ਜਿੱਨਾਂ ਦੀ ਉਹ ਆ ਕਾਫੀ ਦੇ ਜਾਨੀ ਡੈਥ ਹੋਈ ਨੂੰ ਹੋਗੇ ਪਰ ਉਹਨਾਂ ਨੇ ਹਾਲੇ ਤੱਕ ਸਨਸਕਾਰ ਨਹੀਂ ਕੀਤਾ ਉਹ ਜਿਹੜੀ ਬੰਦ ਲਾ ਕੇ ਰੱਖੀ ਹੋਈ ਹੈ ਬਾਡੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਆਪਣਾ ਦੁਬਾਰਾ ਉਹ ਜਿੰਦਾ ਹੋ ਜਾਣਗੇ ਤੇ ਜੀ ਵਾ ਉਹਨਾਂ ਦੇ ਡੇਰੇ ਤੇ ਗਏ ਸੀ ਉਹਨਾਂ ਦਾ ਉਸ ਏਰੀਆ ਚ ਥੋੜੇ ਜਿਹੇ ਏਰੀਆ ਚ ਪ੍ਰਭਾਵ ਹੈਗਾ ਬਹੁਤ ਹੀ ਵੱਡੀ ਫੌਕਸ ਨਹੀਂ ਹੈਗੀ ਉਹ ਨਕੋਦਰ ਸ਼ਾਹ ਕੋਟ ਜਿਹੜਾ ਨੂਰ ਮਹਿਲ ਦਾ ਏਰੀਆ ਹੈਗਾ ਉਸ ਏਰੀਆ ਚ ਹੀ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੈ ਕਿ ਹੋਰ ਕਿਤੇ ਪਤਨੂ ਦਾ ਦੂਸਰੇ ਪੰਜਾਬ ਦੇ ਹਿੱਸਿਆਂ ਵਿੱਚੋਂ ਦਾ ਪ੍ਰਭਾਵ ਨਹੀਂ ਹੈਗਾ ਜੀ ਸੋ ਜਿਹੜਾ ਡੇਰੇ ਦੀ ਗੱਲ ਕਰ ਰਹੇ ਸੀ ਤੁਸੀਂ ਕਿ ਉੱਥੇ ਅਜੇ ਵੀ ਬੋਡੀ ਰੱਖੀ ਹੋਈ ਹੈ ਤੇ ਉਹ ਕਿਹੜਾ ਡੇਰਾ ਸੀਗਾ ਉਹ ਨੂਰ ਮਹਿਲਿਆ ਡੇਰਾ ਵਜਦਾ ਜੀ ਉਹਦਾ ਨਾਮ ਅਸ਼ੂ ਤੋਸ਼ ਦਾ ਡੇਰਾ ਆ ਅਸ਼ੂ ਤੋਸ਼ ਬਾਬਾ ਸੀ ਇਹ ਵੀ ਮੇਰੇ ਖਿਆਲ ਬਿਹਾਰ ਦੇ ਰਹਿਣ ਵਾਲੇ ਸੀਗੇ ਤੇ ਬਾਅਦ ਵਿੱਚ ਕੇਸ ਵੀ ਚੱਲਿਆ ਸੀ ਉਹਨਾਂ ਦੇ ਵਾਰਿਸ ਵੀ ਉੱਥੇ ਆਏ ਸੀਗੇ ਕਿ ਉਹਨਾਂ ਦੀ ਸਾਨੂੰ ਬਾਡੀ ਦਿੱਤੀ ਜਾਵੇ ਪਰ ਫਿਰ ਡੇਰੇ ਦੇ ਚੇਲੇ ਸੀਗੇ ਉਹਨਾਂ ਨੇ ਕਹਿਤਾ ਸੀਗਾ ਕਿ ਨਹੀਂ ਇਹ ਸਾਡਾ ਬਾਬਾ ਜਿਹੜਾ ਹੈਗਾ ਇਹ ਸਮਾਦੀ ਚਲਿਆ ਗਿਆ ਤੇ ਕੁਝ ਦਿਨ ਬਾਅਦ ਇਹ ਦੁਬਾਰਾ ਪ੍ਰਗਟ ਹੋਣਗੇ ਇਸ ਕਰਕੇ ਹਜੇ ਤੱਕ ਮੇਰਾ ਖਿਆਲ ਲੈ ਕੇ ਉਹ ਬਾਡੀ ਦਾ ਸੰਸਕਾਰ ਨਹੀਂ ਕੀਤਾ ਕੋਰਟ ਵਿੱਚ ਕੇਸ ਗਿਆ ਸੀਗਾ ਤੇ ਹਿੰਦਕ ਉਵੇਂ ਮੇਰਾ ਖਿਆਲ ਬਾਡੀ ਉਹਨਾਂ ਨੇ ਸਾਹਮ ਕੇ ਰੱਖੀ ਹੋਈ ਹੈ ਅਸ਼ੂਤੇਸ਼ ਅਸ਼ੂਤੋਸ਼ ਦਾ ਡੇਰਾ ਵਾਈਦਾ ਜੀ ਇਹ ਨੂਰਪਾਰੀ ਦਾ ਡੇਰਾ ਕਾਫੀ ਮਸ਼ਹੂਰ ਆ ਉਸ ਇਲਾਕੇ ਵਿੱਚ ਜੀ ਜਿਸ ਤਰ੍ਹਾਂ ਮੈਂ ਕੇਜਰੀਵਾਲ ਦੀ ਗੱਲ ਕਰ ਰਿਹਾ ਸੀਗਾ ਕੇਜਰੀਵਾਲ ਨੂੰ ਜਿੱਥੇ ਬੀਜੇਪੀ ਵਾਲੇ ਤੇ ਦੂਜੇ ਕਾਂਗਰਸੀ ਕੀ ਅਕਾਲੀ ਤੇ ਕੀ ਜਿਹੜੇ ਕਿਸਾਨਾਂ ਦੇ ਆਗੂ ਨੇ ਉਹ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਜਿਹੜੇ ਪਹਿਲਾਂ ਕੱਢੇ ਹੋਏ ਨੇ ਉਹਨਾਂ ਨੇ ਉਹ ਵੀ ਘੇਰਨ ਦੀ ਕੋਸ਼ਿਸ਼ ਕਰ ਰਹੇ ਆ ਕੁਮਾਰ ਵਿਸ਼ਵਾਸ ਨੇ ਹੁਣ ਹੱਲਾ ਬੋਲਿਆ ਕੇਜਰੀਵਾਲ ਤੇ ਮੌਕਾ ਤਾੜ ਕੇ ਕੀ ਕਹਿ ਰਹੇ ਨੇ ਕੁਮਾਰ ਵਿਸ਼ਵਾਸ ਕੁਮਾਰ ਵਿਸ਼ਵਾਸ ਨੇ ਕੱਲ ਜਿਹੜਾ ਗੱਲਬਾਤ ਕੀਤੀ ਹੈ ਮੇਰੇ ਖਿਆਲ ਹੈ ਕਿ ਉਹਦੇ ਨਾਲ ਕਾਫੀ ਡਿਫੈਂਸਿਵ ਹੋਈ ਹੈ ਕਾਲਾ ਮਾਦੀ ਪਾਰਟੀ ਕਾਫੀ ਉਹਨਾਂ ਨੂੰ ਕਲੈਰੀਫਿਕੇਸ਼ਨ ਦੇਣੀ ਹੈ ਪੰਜਾਬ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਤਾਂ ਬਹੁਤ ਹੀ ਮੌਕਾਪੁਰਸਤ ਆਦਮੀ ਹੈ ਤੇ ਇਹਦੇ ਵਖਵਾਦੀਆਂ ਨਾਲ ਵੀ ਜਿਹੜੇ ਪੰਜਾਬ ਚ ਵਖਵਾਦੀ ਤੱਤ ਹੈਗੇ ਨੇ ਉਹਨਾਂ ਨਾਲ ਵੀ ਸੰਬੰਧ ਰਹੇ ਨੇ ਤੇ ਇਹ ਪੰਜਾਬ ਦਾ ਕਿਸੇ ਨਾ ਕਿਸੇ ਢੰਗ ਨਾਲ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਕਹਿੰਦਾ ਜਦੋਂ ਮੇਰੇ ਨਾਲ ਪਹਿਲਾਂ ਇਹਦੇ ਅੱਛੇ ਸਬੰਧ ਹੁੰਦੇ ਸੀ ਜਦੋਂ ਇਹਨਾਂ ਨੇ ਚਲਾਈ ਸੀ ਆਮ ਆਦਮੀ ਪਾਰਟੀ ਉਹਦੇ ਕੁਮਾਰ ਵਿਸ਼ਵਾਸਵੀ ਉਹਦੇ ਫਾਊਂਡਰ ਮੈਂਬਰ ਸੀਗੇ ਬਹੁਤ ਮੰਨੇ ਪ੍ਰਵੰਨੇ ਭਾਰਤੀ ਹਿੰਦੀ ਦੇ ਕਵੀ ਨੇ ਬੜਾ ਨਾਂ ਉਹਨਾਂ ਦਾ ਬਾਹਰ ਵੀ ਬਹੁਤ ਜਾਂਦੇ ਨੇ ਤੇ ਬੋਲ ਬਲਾਰੇ ਵੀ ਬਹੁਤ ਤਖੜੇ ਨੇ ਉਹਨਾਂ ਨੇ ਕੱਲ ਜਿਹੜੇ ਦੋਸ਼ ਲਾਇਏ ਉਹ ਕਿਹਾ ਕਿ ਜਦੋਂ ਅਸੀਂ ਇਕੱਠੇ ਸੀਗੇ ਤਾਂ ਅਕਸਰ ਗੱਲ ਕਰਦੇ ਸੀ ਕਿ ਇੱਕ ਮੈਂ ਕੋਹੇ ਜੇ ਸੂਬੇ ਦਾ ਮੁੱਖ ਮੰਤਰੀ ਬਣਨਾ ਚਾਹਣਾ ਜਿਹਦੇ ਕੋਲੇ ਪੂਰਾ ਸੂਬਾ ਹੋਵੇ ਦਿੱਲੀ ਤਾਂ ਪੂਰਾ ਸੂਬਾ ਹੈ ਨਹੀਂ ਉੱਥੇ ਦਾ ਸਾਰੀਆਂ ਪਾਵਰਾਂ ਕੇਂਦਰ ਕੋਲੇ ਆ ਛੋਟੀਆਂ-ਮੁਟੀਆਂ ਪਾਵਰ ਆਈਡੀਆਂ ਮੁੱਖ ਮੰਤਰੀ ਕੋਲੇ ਹੁੰਦੀਆਂ ਨੇ ਨਾ ਤਾਂ ਦਿੱਲੀ ਦੇ ਮੁੱਖ ਮੰਤਰੀ ਦੇ ਕੋਲੇ ਪੁਲਿਸ ਹੈਗੀ ਨਾ ਹੀ ਹੋਰ ਬਹੁਤ ਸਾਰੇ ਮੈਹਿਕਮੇ ਹੈਗੇ ਉਹ ਤਾਂ ਕੇਂਦਰ ਸਰਕਾਰੀ ਚਲਾਉਂਦੀ ਹੈਗੀ ਸੋ ਇਸ ਕਰਕੇ ਕਹਿੰਦਾ ਮੈਂ ਉਸ ਤਰ੍ਹਾਂ ਦੇ ਸੂਬੇ ਦਾ ਇੱਕ ਮੁੱਖ ਮੰਤਰੀ ਬਣਨਾ ਚਾਹਣਾ ਜਿੱਥੇ ਪੁਲਿਸ ਵੀ ਮੇਰੇ ਅੰਦਰ ਹੋਵੇ ਅੰਡਰ ਹੋਵੇ ਸਾਰੀ ਬਿਊਰੋਕ੍ਰਾਸੀ ਮੇਰੇ ਅੰਡਰ ਹੋਵੇ ਸਾਰਾ ਪ੍ਰਬੰਧ ਮੇਰੇ ਕੋਲੇ ਹੋਵੇ ਤਾਂ ਫਿਰ ਉਹ ਕਹਿੰਦੇ ਵੀ ਪੰਜਾਬ ਦਾ ਵਾਰ-ਵਾਰ ਜ਼ਿਕਰ ਕਰਦੇ ਸੀਗੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹਣਾ ਤੇ ਉਦੋਂ ਫਿਰ ਕੁਮਾਰ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਮੈਂ ਇਹਨਾਂ ਨੂੰ ਕਿਹਾ ਸੀ ਜਿਹਦੇ ਲੋਕਾਂ ਨਾਲ ਤੂੰ ਜਿਆਦਾ ਮੇਲ ਜੋਰ ਬਣਾ ਰਿਹਾ ਹੈ ਇਹਨਾਂ ਦਾ ਜਿਹੜਾ ਰਜਾਨ ਹੈ ਉਹ ਖਾਰਿਸਤਾਨ ਵਾਲਾ ਹੈਗਾ ਤੇ ਤੂੰ ਇਹਨਾਂ ਨਾਲ ਜਿਆਦਾ ਨਾ ਮਿਲਿਆ ਕਰ ਮਤਲਬ ਇਹ ਮੁਸ਼ਕਲ ਆਏਗੀ ਤੈਨੂੰ ਬਹੁਤ ਜਿਆਦਾ ਆਉਣ ਵਾਲੇ ਸਮੇਂ ਵਿੱਚ ਪਰ ਕਹਿੰਦਾ ਵੀ ਕੇਜਰੀਵਾਲ ਕਹਿੰਦਾ ਕੇਜਰੀਵਾਲ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਆਪਣੇ ਆਪ ਸਾਰੀ ਸਥਿਤੀ ਸੰਭਾਲ ਲਵਾਂਗਾ ਜੇ ਖਾਨਸਤਾਨ ਬਣ ਜਾਂਦਾ ਫਿਰ ਮੈਂ ਇੱਕ ਆਜ਼ਾਦ ਸਟੇਟ ਦਾ ਮੁੱਖ ਮੰਤਰੀ ਬਣ ਜਾਊਗਾ ਤਾਂ ਮਤਲਬ ਪ੍ਰਧਾਨ ਮੰਤਰੀ ਬਣਨਗਾ ਇੱਥੋਂ ਤੱਕ ਦੇ ਦੋਸ਼ ਜਿਹੜੇ ਕਰਮਾਰ ਵਿਸ਼ਵਾਸ ਨੇ ਲਾਏ ਨੇ ਪਰ ਨਾਲ ਦੀ ਨਾਲ ਹੀ ਫਿਰ ਕੱਲ ਜਿਹੜੀ ਕਲੈਰੀਫਿਕੇਸ਼ਨ ਦਿੱਤੀ ਹੈ ਰਾਗੋ ਚੱਡਾ ਨੇ ਕਿ ਜਿਹੜੇ ਦੋਸ਼ ਨੇ ਨਰਮੂਲ ਨੇ ਇਹ ਜਾਣ ਬੁੱਝ ਕੇ ਐ ਸਥਿਤੀ ਉੱਤੇ ਡੈਮੇਜ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਕੇ ਰਿਵਾਰਡ ਨੂੰ ਪਰ ਦੂਸਰੇ ਪਾਸੇ ਕਾਂਗਰਸ ਵੀ ਨਾਲ ਦੀ ਨਾਲ ਐਕਟਿਵ ਹੋ ਗਈ ਜਿਹੜੇ ਸੰਦੀਪ ਡਿੱਕਟਾ ਹੈਗੇ ਕਾਂਗਰਸ ਪਾਰਟੀ ਦੇ ਨੇਤਾ ਸ਼ਿਲਾ ਡਿਕਸ਼ਨ ਦੇ ਬੇਟੇ ਹੈਗੇ ਨੇ ਜਿਹੜੇ ਜੋ ਆਪਣਾ ਦਿੱਲੀ ਦੇ ਮੁੱਖ ਮੰਤਰੀ ਰਹੇ ਸੀ ਤਿੰਨ ਵਾਰ ਅੱਜ ਕੱਲ ਮੇਰਾ ਖਿਆਲ ਹੈ ਕਿ ਇਸ ਦੁਨੀਆ ਤੋਂ ਚਲੇ ਗਏ ਨੇ ਉਹ ਸ਼ਿਲਾ ਡਿਕਸ਼ਨ ਉਹਨਾਂ ਦੇ ਬੇਟੇ ਸੰਦੀਪ ਡਿਕਸ਼ਨ ਨੇ ਕੱਲ ਫਿਰ ਐਫ ਆਈ ਆਰ ਦਰਜ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਮਾਲੀ ਵਿੱਚ ਮਾਲੀ ਥਾਣੇ ਵਿੱਚ ਕੰਪਲੇਂਟ ਕੀਤੀ ਹੈ ਕਿ ਦੇਖੋ ਕੁਮਾਰ ਵਿਸ਼ਵਾਸ ਕਹਿ ਰਿਹਾ ਹੈ ਕਿ ਇਹਨਾਂ ਦੇ ਦਾ ਬਖਵਾਦੀਆਂ ਨਾਲ ਸੰਬੰਧ ਰਹੇ ਨੇ ਇਸ ਕਰਕੇ ਇਹਨਾਂ ਦੇ ਖਿਲਾਫ ਕੇਸ ਦਰਜ ਕਰਨਾ ਵੰਦਾ ਐਫ ਆਈ ਆਰ ਦਰਜ ਕਰੋ ਉਹਨਾਂ ਨੇ ਕੰਮ ਕੱਲ ਕੰਪਲੇਂਟ ਵੀ ਸਬਮਿਟ ਕਰਤੀ ਹੈ ਮਾਲੀ ਥਾਣੇ ਵਿੱਚ ਜੀ ਜੀ ਤੇ ਹੁਣ ਜਾਂਦੇ ਜਾਂਦੇ ਆਪਾਂ ਸੰਖੇਪ ਦੇ ਵਿੱਚ ਦੀਪ ਸਿੱਧੂ ਦਾ ਆੰਤਮ ਸੰਸਕਾਰ 3K ਪਿੰਡ ਵਿੱਚ ਹੋਇਆ ਜਿਹੜਾ ਉਸ ਦੀ ਸਿਟੀ ਬਾਰੇ ਸੁ ਕਹਿੰਦੇ ਬਹੁਤ ਕੱਠ ਸੀਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੋਸ਼ ਸੀ ਬਹੁਤ ਜ਼ਿਆਦਾ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ ਆਏ ਲਗਾਤਾਰ ਉਹ ਦੀਪ ਸਿੱਧੂ ਦੇ ਹੱਕ ਵਿੱਚ ਨਾਰੇ ਵੀ ਲਾ ਰਹੇ ਸੀਗੇ ਤੇ ਬਹੁਤ ਜ਼ਿਆਦਾ ਮਦਰ ਪੀੜ ਸੀਗੀ ਦੇਵਤਰੀ ਤੁਹਾਨੂੰ ਪਤਾ ਹੈ ਕਿ 3K ਪਿੰਡ ਬਹੁਤ ਮਸ਼ਹੂਰ ਹੈਗਾ ਲੋਧਿਆਨ ਦੇ ਨਾਲ ਆਏ ਦੇਵ ਤ੍ਰਿਕਿਆਂ ਵਾਲੇ ਜਿਹੜੇ ਪੰਜਾਬੀ ਗੀਤਕਾਰ ਹੋਏ ਨੇ ਇਹ ਉਹਨਾਂ ਦਾ ਪਿੰਡ ਹੈਗਾ ਸੋ ਬਹੁਤ ਵੱਡੀ ਗਿਣਤੀ ਵਿੱਚ ਲੋਕ ਉੱਥੇ ਸ਼ਾਮਲ ਹੋਏ ਅਸਲ ਵਿੱਚ ਲੋਕ ਉੱਥੇ ਚਲੇ ਗਏ ਸੀ ਜਿੱਥੇ ਸੋਨੀਪੱਤ ਉਹਨਾਂ ਦੀ ਖਰਖੋਦੇ ਦੇ ਨੇੜੇ ਹਸਪਤਾਲ ਜਿੱਥੇ ਉਹਨਾਂ ਦੀ ਬਾਡੀ ਰੱਖੀ ਗਈ ਸੀਗੀ ਉੱਥੇ ਪੋਸਟਮਾਰਟਮ ਹੋਇਆ ਪੋਸਟਮਾਰਟ ਦੇ ਨਾਲ ਹੀ ਲੋਕ ਬਹੁਤ ਸਾਰੇ ਕਾਰਾਂ 'ਚ ਉੱਥੋਂ ਨਾਲ ਹੀ ਆਏ ਜਲੂਰ ਸ ਵਿੱਚ ਮਤਲਬ ਜਦੋਂ ਪ੍ਰੋਸੀਸ਼ਨ ਬਹੁਤ ਵੱਡਾ ਨਿਕਲਿਆ ਫਿਰ ਸ਼ੰਮੂ ਜਦੋਂ ਆਏ ਉੱਥੇ ਫੁੱਲਾਂ ਦੀ ਵਰਖਾ ਕੀਤੀ ਗਈ ਤਾਂ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਹੈਗੇ ਉਥੇ ਕੱਲ ਇਕੱਠੇ ਹੋਏ ਸੀਗੇ ਤੇ ਬਹੁਤ ਮਤਲਬ ਵੀ ਗਮਗੀਨ ਜਿਹੜਾ ਆਪਾਂ ਕਹਿ ਸਕਦੇ ਅਕੇਦਾਸੀ ਭਰਿਆ ਮਾਹੌਲ ਸੀਗਾ ਕਈ ਤਾਂ ਲੋਕ ਉਥੇ ਰੋਂਦੇ ਵੀ ਦੇਖੇ ਗਏ ਖਾਸ ਕਰਕੇ ਔਰਤਾਂ ਬਹੁਤ ਸਾਰੀਆਂ ਉਥੇ ਰੋ ਰੀਆਂ ਸੀਆਂ ਪਰਿਵਾਰ ਨੂੰ ਬਹੁਤ ਮੁਸ਼ਕਲ ਆ ਰਹੀ ਸੀ ਜਿਹਦੀ ਅੰਤੋਂ ਰਸਮਾਂ ਲਵਾਉਣ ਵਿੱਚ ਕਿਉਂਕਿ ਇਕੱਠ ਬਹੁਤ ਜ਼ਿਆਦਾ ਸੀ ਭੀੜ ਬਹੁਤ ਜ਼ਿਆਦਾ ਸੀ ਕਾਬੂ ਨਹੀਂ ਜ ਨਹੀਂ ਆ ਰਹੀ ਸੀ ਹਾਲਕਿ ਪਰਿਵਾਰ بار بار ਬੇਨਤੀ ਕਰ ਰਿਹਾ ਸੀਗਾ ਕਿ ਤੁਸੀਂ ਥੋੜਿਆ ਸ਼ਾਂਤੀ ਬਣਾਈ ਰੱਖੋ ਇਹ ਪੜਾ ਕੱਟ ਕਰੋ ਥੋੜਾ ਥਾ ਦਿਓ ਪਰ ਫਿਰ ਵੀ ਲੋਕਾਂ ਚ ਲੋਕ ਚਾਹੁੰਦੇ ਸੀ ਕਿ ਉਹਨਾਂ ਦੇ ਆਖੰਤਮ ਦਰਸ਼ਨ ਜਿਹੜੇ ਹੈਗੇ ਕਰ ਸਕਣ ਜੀ ਸਰਜੀਤਾ ਲੀਵਾਲ ਜੀ ਬਹੁਤ ਬਹੁਤ ਧੰਨਵਾਦ ਖਬਰਾਂ ਸਾਂਝੀਆਂ ਕਰਨ ਲਈ ਮਿਹਰਬਾਨੀ ਸ਼ੁਕਰੀਆ